ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਮਹਲਾ ਪੰਜਵਾਂ ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਸਾ ਦੁਖ ਨਾ ਵਿਆਪੈ ਗੁਰਪੂਰਾ ਭੇਟੈ ਵੱਡ ਭਾਗੀ ਆਠ ਪਹਿਰ ਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਆਦਿ ਜੁਗਾਦੀ ਸੇਵਕ ਸੁਆਮੀ ਭਗਤਾਂ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਸ਼ਾਮ ਸਮੇਂ ਹਾਜ਼ਰੀਨ ਸਤਸੰਗਤ ਜੀਓ ਗੁਰੂ ਪਿਤਾ ਜੀ ਦੀ ਅਪਾਰ ਬਖਸ਼ਿਸ਼ ਅਸੀਂ ਸਤਸੰਗਤ ਮਾਣ ਰਹੇ ਹਾਂ ਗੁਰਬਾਣੀ ਵਿਆਖਿਆ ਜੋ ਲੜੀਵਾਰ ਚੱਲ ਰਹੀ ਹੈ ਜਿਹਦੇ 'ਚ ਅਸੀਂ ਥੋੜ੍ਹਾ ਪੌਜ਼ ਲਿਆ ਸੀ ਇਤਿਹਾਸਿਕ ਦਿਹਾੜਿਆਂ ਕਰਕੇ ਅੱਜ ਤੋਂ ਉਹਨੂੰ ਅਸੀਂ ਵਾਪਸ ਸ਼ੁਰੂਆਤ ਹੋ ਰਹੀ ਹੈ ਜਿੱਥੇ ਵਿਚਾਰ ਅਸੀਂ ਸਮੇਟੀ ਸੀ ਕੁਛ ਰੋਜ਼ ਪਿੱਛੇ ਸ਼੍ਰੀ ਰਾਗ ਮਹਲਾ ਪੰਜਵਾਂ ਸ਼੍ਰੀ ਰਾਗ ਅੰਦਰ ਗੁਰੂ ਅਰਜਨ ਪਾਤਸ਼ਾਹ ਦੁਆਰਾ ਉਚਰਿਤ ਕੀਤਾ ਗਿਆ ਛੰਤਾਂ ਦਾ ਮੁਕਾਮੀ ਬਚਨ ਸੀ ਇਹਦਾ ਇੱਕ ਪਹਿਰਾ ਇੱਕ ਪਦਾ ਅਸੀਂ ਵਿਚਾਰਿਆ ਸੀ ਦੋ ਨੰਬਰ ਪਦੇ ਦਾ ਪਾਠ ਆਪ ਜੀ ਦੇ ਸਾਹਮਣੇ ਦੁਹਰਾਇਆ ਗਿਆ ਹੈ ਜੋ ਬਚਨ ਆ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਆਲਮੀ ਸੰਦੇਸ਼ ਨੂੰ ਜਿਸ ਅਲਾਹੀ ਮੈਸੇਜ ਨੂੰ ਡਿਲੀਵਰ ਕਰਦੀ ਹੈ ਉਹ ਸੁਨੇਹਾ ਅੱਜ ਆਲਮੋਸਟ ਜਿਹੜੇ ਸਿਆਣੇ ਲੋਕ ਨੇ ਸੂਝਵਾਨ ਲੋਕ ਨੇ ਆਲਮੋਸਟ ਉਹਦੇ ਨੇੜੇ ਪਹੁੰਚ ਰਹੇ ਨੇ ਉਹ ਬਿਨਾਂ ਸ਼ੱਕ ਉਹਨਾਂ ਨੂੰ ਗੁਰਬਾਣੀ ਦਾ ਐਕਸਪੋਜ਼ਰ ਸ਼ਾਇਦ ਉਸ ਲੈਵਲ ਤੇ ਨਾ ਹੋਏ ਪਰ ਇਹ ਸੱਚਾਈ ਹੈ ਕਿ ਸੰਦੇਸ਼ ਬਿਲਕੁਲ ਉਹਦੇ ਕਲੋਜ਼ ਬਾਏ ਹੈ ਜੇ ਮੈਂ ਸਿੰਪਲ ਲੈਵਲ ਤੇ ਬਾਤ ਕਰਾਂ ਬੀਇੰਗ ਏ ਹਿਊਮਨ ਸਾਡੇ ਅੰਦਰ ਜਿਹੜਾ ਮਾਇੰਡ ਆ ਕਿਉਂਕਿ ਪਹਿਲਾਂ ਤਾਂ ਬੰਦੇ ਨੂੰ ਇਹ ਨਹੀਂ ਸੀ ਅਹਿਸਾਸ ਜਦੋਂ ਮੈਡੀਕਲ ਮਾਡਲ ਖਾਸ ਕਰਕੇ ਐਲੋਪੈਥੀ ਦੇ ਵਿੱਚ ਆਇਆ ਤਾਂ ਉਹਨਾਂ ਕਿਹਾ ਕਿ ਜਿਹੜਾ ਸਾਡਾ ਬ੍ਰੇਨ ਆ ਇਹੀ ਸਭ ਕੁਛ ਆ ਦੈਟਸ ਇਟ ਬ੍ਰੇਨ ਤੋਂ ਬਿਯੋਂਡ ਕੁਝ ਨਹੀਂ ਹੈਗਾ ਸੋ ਬ੍ਰੇਨ ਇਜ਼ ਐਵਰੀਥਿੰਗ ਹੌਲੀ ਹੌਲੀ ਕਰਕੇ ਪਤਾ ਲੱਗਾ ਨਹੀਂ ਨਹੀਂ ਬ੍ਰੇਨ ਇਜ਼ ਕਾਇੰਡ ਆਫ ਔਰਗਨ ਉਹ ਇੱਕ ਜਿਵੇਂ ਸਾਡੇ ਸਰੀਰ ਦਾ ਅੰਗ ਆ ਹਿੱਸਾ ਆ ਪਰ ਉਹ ਇੱਕ ਇੰਸਟਰੂਮੈਂਟ ਦੇ ਤੌਰ ਤੇ ਕੰਮ ਕਰਦਾ ਹੈ ਉਹਦੇ ਪਿੱਛੇ ਇੱਕ ਬੜੀ ਵੱਡੀ ਕੋਈ ਸ਼ਕਤੀ ਕੰਮ ਕਰ ਰਹੀ ਹੈ ਜਿਹੜੀ ਇਨਵਿਜ਼ੀਬਲ ਆ ਜਿਹਨੂੰ ਮਾਇੰਡ ਕਿਹਾ ਗਿਆ ਹੁਣ ਉਹ ਜਿਹੜਾ ਮਾਇੰਡ ਰਿਲੇਟਡ ਫਿਰ ਸਟੱਡੀਜ਼ ਜਿਹੜੀਆਂ ਹੋ ਗਈਆਂ ਸ਼ੁਰੂ ਹੁਣ ਕਰਦਿਆਂ ਕਰਦਿਆਂ ਪਤਾ ਇਹ ਲੱਗ ਰਿਹਾ ਹੈ
कि ब्रेन अते माइंड ये दो बिल्कुल वक्रियां दुनिया ने। ब्रेन दे विच एबिलिटी है चीजां नू अंदर संभाल सकन दी, दस सकन दी, समझ सकन दी, पर उस सारे दे पिछे एक ड्राइव करन वाली वड्डी फोर्स आ जिनू असी माइंड कह रहे हैं, ते मोस्टली साडी स्ट्रगल ओहदे नाल हो रही है। ਤੁਸੀਂ ਦੇਖੋਗੇ ਬ੍ਰੇਨੀ ਤੇ ਬੱਚੇ ਹੁੰਦੇ ਨੇ, ਐਸੇ ਐਸੇ ਇੰਟੈਲੀਜੈਂਟ ਬੱਚੇ ਨੇ। ਮੈਂ ਤੇ ਜਿਹੜਾ ਹੈਗਾ ਜਿਹੜੇ ਇਨਮੇਟਸ ਹੁੰਦੇ ਨੇ, ਪ੍ਰਿਜ਼ਨਰਸ ਹੁੰਦੇ ਨੇ, ਅਫੈਂਡਰਸ, ਉਹਨਾਂ ਨਾਲ ਕੰਮ ਕਰਦਾ ਆ, ਤੇ ਆਪ ਹੈਰਾਨ ਕੁਨ ਹੋਵੋਗੇ ਕਿ ਮਤਲਬ ਦਿਮਾਗ ਦੀ ਤੇ ਇੰਤਹਾ ਹੀ ਹੈ ਕਈਆਂ ਦੇ ਵਿੱਚ, ਜਿਹੜੇ ਖਾਸ ਕਰਕੇ ਕੰਪਿਊਟਰ ਹੈਕਿੰਗ ਕਰਦੇ ਨੇ, ਕੰਪਿਊਟਰ ਹੈਕਰਸ ਹੈਗੇ ਨੇ, ਈਵਨ ਹਾਈ ਐਂਡ ਦੀਆਂ ਗੱਡੀਆਂ ਹੈਕ ਕਰਕੇ ਲੈ ਜਾਂਦੇ ਨੇ। ਮੈਨੂੰ ਰੀਸੈਂਟਲੀ ਗਰੁੱਪ ਉੱਥੇ ਮੁੰਡਾ ਮੁੰਡਿਆਂ ਦਾ ਮਿਲਿਆ ਜਿਹੜਾ ਬਹੁਤ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਲੱਖ ਡਾਲਰ ਤੋਂ ਉੱਤੇ ਵਾਲੀਆਂ, ਅਤੇ ਉਹਨਾਂ ਨੂੰ ਲੋਕਾਂ ਦੇ ਡਰਾਈਵਰਸ ਦੇ ਵਿੱਚੋਂ ਕੱਢ ਕੇ ਲਿਜਾਂਦੇ ਸੀ, ਗਰੁੱਪ ਫੜਿਆ ਮੁੜ ਕੇ। ਅਤੇ ਮਤਲਬ ਇੰਟਲੈਕਚੁਅਲ ਸਾਈਡ ਤੋਂ ਤਾਂ ਇੰਟਲੈਕਟ ਦੀ ਕੋਈ ਕਮੀ ਥੋੜ੍ਹਾ ਹੈਗੀ, ਬ੍ਰੇਨ ਦੀ ਐਬਿਲਿਟੀ ਤਾਂ ਇਹੀ ਹੋਏਗੀ ਕਿ ਕਿਤਨਾ ਮਤਲਬ ਉਹਨੇ ਕਿਸੇ ਚੀਜ਼ ਨੂੰ ਡੀਪ ਲੈਵਲ 'ਤੇ ਸਮਝਣਾ ਆ, ਉਹਨੂੰ ਉਹਦੇ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ, ਪਰ ਉਸ ਸਾਰੇ ਦਾ ਯੂਜ਼ ਕਿਸ ਪਾਸੇ ਕਰਨਾ ਆ, ਇਹ ਫਿਰ ਮਾਇੰਡ ਦੀ ਗੇਮ ਆਉਂਦੀ ਹੈ। ਮਾਇੰਡ ਜਿਹੜਾ ਆ ਉਹ ਕਈ ਵਾਰ ਬੜਾ ਜਿਵੇਂ ਚਲਾਕੀ ਦੇ ਨਾਲ ਚੱਲਦਾ ਆ, ਉਹ ਬੜਾ ਖੁਰਾਫਾਤ ਕਰਦਾ ਆ, ਇਹ ਸਭ ਇਹ ਫਿਰ ਸਾਡੇ ਅੰਦਰ ਇੱਕ ਦੁੰਦ ਚੱਲਦਾ ਹੈ। ਉਸ ਦੁੰਦ ਦੇ ਵਿੱਚ ਜਿਹੜੀ ਬਦੀ ਹੈ, ਜਿਹੜੇ ਬਦ ਖਿਆਲ ਨੇ, ਜਿਹੜੇ ਮਾੜੇ ਵਿਚਾਰ ਨੇ, ਉਹ ਜੇਤੂ ਹੁੰਦੇ ਨੇ ਲਗਾਤਾਰਤਾ ਦੇ ਨਾਲ। ਇਸੇ ਕਰਕੇ ਮਨੁੱਖਾਂ ਦੇ ਵਿੱਚ ਤੁਸੀਂ ਦੇਖੋਗੇ ਕ੍ਰੋਧ ਮਤਲਬ ਬੰਦੇ ਨੂੰ ਇੱਕ ਲੈਵਲ ਤੇ ਭੁੱਲ ਹੀ ਜਾਂਦਾ ਹੈ ਕਿ ਇਹ ਇਹ ਕੀ ਨੁਕਸਾਨ ਕਰੇਗਾ ਮੇਰਾ, ਉਹਦੇ ਹਵਾਲੇ ਕਰ ਦਿੰਦਾ ਆਪਣੇ ਆਪ ਨੂੰ, ਮੋਹ ਦੇ ਹਵਾਲੇ ਕਰ ਦਿੰਦਾ, ਹੰਕਾਰ ਦੇ ਹਵਾਲੇ ਕਰ ਦਿੰਦਾ, ਵਾਸ਼ਨਾ ਦੇ ਹਵਾਲੇ ਕਰ ਦਿੰਦਾ, ਈਰਖਾ ਬਸ ਬੋਲਦਾ ਆ, ਸੁਣਦਾ ਆ, ਈਰਖਾ ਬਸ ਸੰਸਾਰ ਦੇ ਵਿੱਚ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈਗਾ। ਸੋ ਸਭ ਚੀਜ਼ਾਂ ਜਿਹੜੀਆਂ ਨੇ ਉਹ ਮਨ ਦੀ ਦੁਨੀਆ ਦੇ ਵਿੱਚੋਂ ਨਿਕਲ ਰਹੀਆਂ ਨੇ ਉਸ ਰੂਪ ਦੇ ਵਿੱਚ। ਫਿਰ ਕਈ ਵਾਰ ਇਹ ਵੀ ਹੁੰਦਾ ਸਮਾਂ ਰਿਹਾ ਜਦੋਂ ਲੋਕਾਂ ਨੇ ਕਿਹਾ ਵੀ ਜੇ ਮਨ ਕਹਿੰਦਾ ਸੱਜੇ ਜਾਣ ਨੂੰ ਤੇ ਖੱਬੇ ਜਾਓ, ਹਠੀ ਹੋ ਜਾਓ, ਮਨ ਹਠ, ਮਨ ਹਠ। ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਮਨ ਹਠ ਕਿਨੇ ਨਾ ਪਾਇਆ, ਸਭ ਥੱਕੇ ਕਰਮ ਕਮਾਏ। ਮਨ ਹਠ ਕਰਕੇ ਕਦੀ ਕਿਸੇ ਨੂੰ ਕੁਝ ਨਹੀਂ ਮਿਲਿਆ, ਵੱਡੇ ਵੱਡੇ ਕਰਮ ਕਰਕੇ ਲੋਕੀ ਥੱਕ ਗਏ। ਫਿਰ ਹੌਲੀ ਹੌਲੀ ਅੱਜ ਦੇ ਮਾਡਰਨ ਲਿਟਰੇਚਰ ਜਾਂ ਪੋਸਟ ਮਾਡਰਨ ਲਿਟਰੇਚਰ 'ਚ ਅਸੀਂ ਪੜ੍ਹ ਰਹੇ ਹਾਂ, ਉਹ ਕਹਿੰਦੇ ਨੇ ਮਨ ਨਾਲ ਲੜੋ ਨਾ, ਝਗੜੋ ਨਾ, ਇਹਨੂੰ ਓਪਰੈਸ ਨਾ ਕਰੋ, ਇਹਨੂੰ ਸਮਝੋ ਇਹ ਕੀ ਕਹਿ ਰਿਹਾ ਤੁਹਾਨੂੰ, ਜੋ ਕਹਿ ਰਿਹਾ ਉਹਨੂੰ ਸੁਣੋ ਤੇ ਸੁਣ ਕੇ ਉਹਦੇ ਨਾਲ ਰਾਫਤਾ ਕਰੋ, ਉਹਦੇ ਨਾਲ ਦੁਬਾਰਾ ਬੈਕ ਕਮਿਊਨੀਕੇਟ ਕਰੋ, ਮਤਲਬ ਇਹ ਉਹਨੂੰ ਓਬਜ਼ਰਵ ਕਰੋ, ਉਹਦੀ ਓਬਜ਼ਰਵੇਸ਼ਨ ਦੇ ਨਾਲ ਫਿਰ ਹੌਲੀ ਹੌਲੀ ਆਪਣੇ ਆਪੇ ਦੇ ਨਾਲ ਬਾਤ ਕਰਦਿਆਂ ਹੋਇਆਂ ਜਿਹੜੇ ਜਿਹੋ ਜਿਹੇ ਕੰਮ ਮਨ ਕਰਨ ਵਾਸਤੇ ਕਹਿ ਰਿਹਾ, ਜਿਹੋ ਜਿਹੀਆਂ ਗੱਲਾਂ ਕਰਨ ਵਾਸਤੇ ਕਹਿ ਰਿਹਾ, ਉਹਦੇ ਇਹਨੂੰ ਇੱਕ ਲੈਵਲ 'ਤੇ ਰਿਜ਼ਲਟ ਵਿਖਾਓ। ਪਿੱਛਾ ਮਨਾ ਜੇ ਤੂੰ ਇਹ ਕਹਿੰਦਾ ਆ ਕਿ ਜਿਵੇਂ ਸਪੋਜ਼ ਕਰੋ, ਸਿੰਪਲ ਲੈਵਲ 'ਤੇ ਬਾਤ ਕਰਦਾ ਆ, ਬੱਚੇ ਨੇ, ਮੈਂ ਯੰਗ ਅਫੈਂਡਰਸ ਦੀ ਗੱਲ ਕਰਦਾ ਹਾਂ, ਤੇ ਉਹ ਕਈ ਵਾਰੀ ਕਹਿਣਗੇ ਵੀ ਜੇ ਮੇਰੇ ਕੋਲ ਫਲਾਣੀ ਗੰਨ ਆ ਜਾਏ ਨਾ, ਦੈਨ ਯੂ ਨੋ ਆਮ ਵੈਰੀ ਕੂਲ, ਆਈ ਰੀਅਲੀ ਫੀਲ ਗੁੱਡ। ਅੱਛਾ ਉਸ ਗੰਨ ਦਾ ਯੂਜ਼ ਕੀ ਕਰੇਗਾ? ਮੈਂ ਫਲਾਣੇ ਨਾਲ ਮੇਰਾ ਲਾਗ ਡਾਟਿਆ, ਫਲਾਣੇ ਨੇ ਮੈਨੂੰ ਫਲਾਣਾ ਸਮਾਂ ਬੁਲਿੰਗ ਕੀਤੀ ਸੀ, ਮੈਂ ਉਹਨੂੰ ਮਾਰ ਦਿਆਂਗਾ। ਠੀਕ ਆ, ਐਂਡ ਆਫਟਰ ਵਰਡ ਵਟਸ ਗੋਨਾ ਹੈਪਨ? ਯੂ ਗੋਨਾ ਸਪੈਂਡ ਯੂਰ ਹੋਲ ਲਾਈਫ ਇਨ ਜੇਲ? ਆਰ ਯੂ ਰੈਡੀ ਫਾਰ ਦੈਟ? ਡੂ ਯੂ ਨੋ ਵਟ ਕਾਇੰਡ ਆਫ ਲਾਈਫ ਵੀ ਹੈਵ ਇਨ ਜੇਲ? ਯੂ ਆਰ ਐਕਸਪੀਰੀਅੰਸਿੰਗ ਰਾਈਟ ਨਾਓ। ਫਿਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਦੋ ਚਾਰ, ਫਿਰ ਕਰਦਿਆਂ ਕਰਦਿਆਂ ਬੰਦਾ ਜ਼ਹਿਨੀ ਤੌਰ 'ਤੇ ਸੋਚਦਾ ਗੱਲ ਤਾਂ ਠੀਕ ਹੈ, ਕਿਉਂ ਜ਼ਿੰਦਗੀ ਖਰਾਬ ਕਰਨੀ ਹੈ, ਕਿਉਂ ਇਹੋ ਜਿਹਾ ਕੰਮ ਕਰਨਾ ਹੈ ਜਿਹਦਾ ਰਿਜ਼ਲਟ ਐਡਾ ਮਾੜਾ ਨਿਕਲੇਗਾ। ਹੁਣ ਇਹ ਕੀ ਹੈ, ਹੁਣ ਤੁਸੀਂ ਵਿਚਾਰ ਨੂੰ ਓਪਰੈਸ ਨਹੀਂ ਕਰ ਰਹੇ, ਲੈਟ ਇਟ ਗੋ ਕਰ ਰਹੇ ਹੋ, ਤੇ ਉਹਦਾ ਉਹਦਾ ਐਂਡ ਰਿਜ਼ਲਟ ਦੇਖ ਰਹੇ ਹੋ। ਇਹ ਹੈ ਆਪਣੇ ਆਪ ਨਾਲ ਮਿੱਤਰਤਾ ਬਣਾ ਕੇ ਗੱਲ ਕਰਨੀ। ਗੁਰੂ ਸਾਹਿਬ ਜਦੋਂ ਬਾਣੀ 'ਚ ਜ਼ਿਕਰ ਕਰਦੇ ਨਾ, ਬਚਨ ਹੈ ਮਨ ਪਿਆਰਿਆ ਜੀ ਮਿੱਤਰਾ, ਤੂੰ ਮੇਰਾ ਦੁਸ਼ਮਣ ਨਹੀਂ, ਨਾ ਮੈਂ ਤੇਰੇ ਨਾਲ ਕੋਈ ਦੁਸ਼ਮਣੀ ਕਰਦਾ ਆ। ਗੱਲ ਇਹ ਹੈ ਮੈਂ ਤੇਰੇ ਵਿਚਾਰ, ਤੇਰੇ ਖਿਆਲ ਜੋ ਤੇਰੇ ਮਨ ਦੇ ਵਿੱਚ ਚੱਲ ਰਹੇ ਨੇ, ਉਹਨਾਂ ਨੂੰ ਹੌਲੀ ਹੌਲੀ ਕਰਕੇ ਅਹਿਸਾਸਨਾ, ਫਿਰ ਅਸੀਂ ਇੱਕ ਲੈਵਲ 'ਤੇ ਜਾ ਕੇ ਉਹਨਾਂ ਦੇ ਰੂਟ ਵੀ ਫੜ ਲਵਾਂਗੇ, ਜਿਹੜੇ ਉਹਨਾਂ ਦੇ ਰੂਟਸ ਨੇ ਨਾ, ਜਿੱਥੋਂ ਉਹ ਵਿਚਾਰ ਆ ਰਹੇ ਨੇ, ਖਿਆਲ ਆ ਰਹੇ ਨੇ,
ਜਿਵੇਂ ਸਪੋਜ਼ ਸਿੰਪਲ ਕਰ ਲਿਆ ਜਾਏ, ਆਪ ਦੇਖੋਗੇ ਸਮਾਜ ਦੀ ਤਰਜਮਾਨੀ, ਸਮਾਜ ਦੀਆਂ ਲਿਖਾਵਟਾਂ ਜਿਹਦੇ 'ਚ ਲਿਟਰੇਚਰ ਸਾਹਿਤ ਵਗੈਰਾ ਹੁੰਦਾ ਇਹ ਕਰਦਾ, ਸਮਾਜ ਦੀ ਤਰਜਮਾਨੀ ਸਮਾਜ ਦੀਆਂ ਗਾਣੇ ਮੂਵੀਜ਼ ਇਹ ਕਰਦੀਆਂ ਨੇ, ਤੇ ਫਿਰ ਇਕੱਲੀ ਤਰਜਮਾਨੀ ਨਹੀਂ ਕਰਦੀਆਂ, ਇਹ ਸਮਾਜ ਨੂੰ ਪੇ ਬੈਕ ਵੀ ਕਰਦੀਆਂ, ਸਮਾਜ ਲਈ ਕੁਝ ਆਈਡੀਅਲ ਸੈੱਟ ਕਰਦੀਆਂ ਜਿਹਨੂੰ ਫਿਰ ਸੋਸਾਇਟੀ ਹੌਲੀ ਹੌਲੀ ਕਰਕੇ ਉਸ ਲੈਵਲ ਤੇ ਜੀਣਾ ਸ਼ੁਰੂ ਕਰ ਦਿੰਦੀ, ਸੋਸਾਇਟੀ ਉਹਨੂੰ ਮੰਨਣਾ ਸ਼ੁਰੂ ਕਰ ਦਿੰਦੀ। ਸਾਡੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਤੁਸੀਂ ਦੇਖੋਗੇ ਬੜੀ ਜਿਹਨੂੰ ਦੇਖੋ ਕਿ ਮਤਲਬ ਬੜੀ ਓਵਰ ਪਾਪੂਲੇਟਡ ਸਾਡਾ ਉਹ ਮੁਲਕ ਹੈ ਸਾਰਾ। ਤੁਸੀਂ ਕਿਤੇ ਸ਼ਹਿਰਾਂ ਥਾਵਾਂ 'ਤੇ ਰਹੇ ਹੋ, ਅਜੇ ਤਾਂ ਪੰਜਾਬ ਦੇ ਅਸੀਂ ਪਿੰਡਾਂ 'ਚ ਰਹੇ ਹਾਂ, ਸਾਡਾ ਥੋੜ੍ਹਾ ਖੁੱਲ੍ਹਾ ਮਾਹੌਲ ਰਿਹਾ, ਸ਼ਹਿਰ ਵੀ ਸਾਡੇ ਉਸ ਤਰ੍ਹਾਂ ਦੇ ਨਹੀਂ ਹੈਗੇ। ਪਰ ਜੇ ਕਿਤੇ ਤੁਸੀਂ ਦਿੱਲੀ ਦੇ ਬੜੇ ਤੰਗ ਇਲਾਕੇ ਦੇ ਵਿੱਚ ਚਾਂਦਨੀ ਚੌਂਕ ਵਗੈਰਾ ਇਲਾਕਾ ਜਿਹੜਾ ਇਸ ਪਾਸੇ ਆ ਜਾਓ, ਜਾਂ ਤੁਸੀਂ ਕਿਤੇ ਮੁੰਬਈ ਕੋਲਕਾਤਾ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ, ਮਤਲਬ ਜਿਵੇਂ ਘੁਰਨਿਆਂ ਦੇ ਵਿੱਚ ਪੰਛੀ ਰਹਿੰਦੇ ਨੇ, ਐਵੇਂ ਮਨੁੱਖਾਂ ਦੀਆਂ ਡਾਰਾਂ ਦੀਆਂ ਡਾਰਾਂ ਰਹਿੰਦੀਆਂ ਨੇ। ਕਿਤੇ ਤੁਸੀਂ ਸਲਮਸ ਦਾ ਹਾਲ ਦੇਖੋ ਸਾਰੀ ਉਸ ਰੂਪ ਦੇ ਵਿੱਚ, ਹੁਣ ਇਤਨੀ ਮਤਲਬ ਜਿਹੜੀ ਹੈ ਜਿਹਨੂੰ ਬੜੀ ਮਤਲਬ ਕੰਜਕਸਟ ਕਿਸਮ ਦੀ ਪਾਪੂਲੇਸ਼ਨ ਸਾਰੇ ਦੀ ਸਾਰੀ ਹੈ ਉਸ ਰੂਪ ਦੇ ਵਿੱਚ। ਉਸ ਪਾਪੂਲੇਸ਼ਨ ਦੇ ਅੰਦਰ ਇਸ਼ੂਸ ਤੇ ਹੋਣਗੇ ਜਦੋਂ ਘਰਾਂ ਥਾਵਾਂ ਦੇ ਵਿੱਚ, ਮੈਂ ਸਿੰਪਲ ਕਰ ਦੇਣਾ ਵਾ, ਸਾਡੇ ਕੋਲ ਤੇ ਹੁਣ ਸਟੱਡੀਜ਼ ਤੇ ਸਟੱਡੀਜ਼ ਆਉਂਦੀਆਂ ਨੇ, ਇੱਥੇ ਵਿੰਟਰ ਜ਼ਿਆਦਾ ਹੁੰਦੀ ਇਹਨਾਂ ਮੁਲਕਾਂ ਦੇ ਵਿੱਚ, ਜਿਹੜਾ ਹੈਗਾ ਠੰਡ ਦਾ ਸਮਾਂ ਜ਼ਿਆਦਾ ਰਹਿੰਦਾ, ਠੰਡ ਦੇ ਜ਼ਿਆਦਾ ਸਮੇਂ ਦੇ ਵਿੱਚ ਮੋਸਟਲੀ ਅਸੀਂ ਘਰਾਂ ਦੇ ਅੰਦਰ ਰਹਿੰਦੇ ਹਾਂ, ਘਰਾਂ ਦੇ ਮੈਂਬਰ, ਅਤੇ ਜਿਹੜੇ ਬੱਚੇ ਨੇ ਜਿਹੜੇ ਖਾਸ ਕਰਕੇ ਸਾਡੇ ਸੀਨੀਅਰਸ ਨੇ, ਉਹਨਾਂ ਦੀ ਮੋਸਟਲੀ ਮੈਂਟਲ ਹੈਲਥ ਜਿਹੜੀ ਆ ਉਹ ਇੱਥੇ ਜਾ ਕੇ ਉਹ ਕੰਪਰੋਮਾਈਜ਼ ਹੋ ਜਾਂਦੀ ਹੈ। ਉਹਨਾਂ ਨੂੰ ਰੂਮ ਨਹੀਂ ਮਿਲਦਾ ਪ੍ਰੋਪਰਲੀ ਤੁਰਨ ਵਾਸਤੇ, ਖੇਡਣ ਵਾਸਤੇ, ਫਿਰਨ ਵਾਸਤੇ, ਇਹ ਸਭ ਚੀਜ਼ਾਂ ਜਿਹੜੀਆਂ ਵਿੰਟਰ ਰਿਲੇਟਡ ਐਕਟੀਵਿਟੀਜ਼ ਨੇ ਉਹਨਾਂ 'ਚ ਸਾਡੀ ਪਾਰਟੀਸਪੇਸ਼ਨ ਘੱਟ ਜਾਂਦੀ ਹੈ। ਐਜ਼ ਏ ਇਮੀਗ੍ਰਾਂਟ ਕਮਿਊਨਿਟੀ ਲੈ ਲਓ, ਐਜ਼ ਏ ਉਸ ਤਰੀਕੇ ਨਾਲ, ਫਿਰ ਉਹਦਾ ਹੁੰਦਾ ਅਸਰ ਇਹ ਹੈ ਕਿ ਅਸੀਂ ਖਿਜਣਾ ਸ਼ੁਰੂ ਕਰਦੇ ਹਾਂ, ਲੜਦੇ ਹਾਂ ਇੱਕ ਦੂਜੇ ਨੂੰ, ਲਾਈਕਿੰਗ ਡਿਸਲਾਈਕਿੰਗ ਇਸ ਕਿਸਮ ਦੀਆਂ ਬਦਲੀਆਂ ਸ਼ੁਰੂ ਹੋ ਜਾਂਦੀਆਂ। ਜੋ ਇਸ ਰੂਪ ਵਿੱਚ ਇਹ ਸਾਰੇ ਦੀ ਸਾਰੀ ਬਾਤ ਹੁੰਦੀ ਹੈ। ਹੁਣ ਇਸ ਮਾਹੌਲ ਨੂੰ ਜੇ ਅਸੀਂ ਇਸ ਲੈਵਲ 'ਤੇ ਦੇਖਦੇ ਹਾਂ ਕਿ ਉੱਥੇ ਇਸ ਘਰਾਂ ਦਾ ਮਾਹੌਲ ਜਿਹੜਾ ਸੀਗਾ, ਇਹਦੇ ਉੱਤੇ ਉਹਨਾਂ ਨੇ ਕੁਝ ਸੋਪ ਓਪਰਾਜ਼ ਜਿਹੜੇ ਨਾਟਕ ਜਿਹੇ ਹੁੰਦੇ ਨੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਨਾਟਕਾਂ ਨੇ ਘਰਾਂ ਦੀ ਤਰਜਮਾਨੀ ਕੀਤੀ ਥੋੜ੍ਹੀ ਬਹੁਤੀ, ਘਰਾਂ ਦੇ ਵਿੱਚ ਸੱਸਾਂ ਨੂੰਹਾਂ ਘਰਾਂ ਦੀਆਂ ਲੇਡੀਜ਼ ਕਿਵੇਂ ਲੜਦੀਆਂ ਝਗੜਦੀਆਂ ਇਹਦੇ ਬਾਰੇ, ਲੋਕਾਂ ਨੂੰ ਚੰਗਾ ਲੱਗਾ ਕੁਝ ਵਧੀਆ ਉਸ ਤਰੀਕੇ ਦੇ ਨਾਲ। ਮੁੜ ਕੇ ਕੀ ਹੋਇਆ, ਮੁੜ ਕੇ ਉਹਨਾਂ ਜਿਹੜਾ ਉਹ ਇਤਨੇ ਜ਼ਿਆਦਾ ਹਾਵੀ ਹੋ ਗਏ ਸੋਸਾਇਟੀ ਦੇ ਵਿੱਚ, ਉਤਨੀ ਟ੍ਰਬਲ ਸ਼ਾਇਦ ਉਸ ਲੈਵਲ 'ਤੇ ਨਾ ਹੁੰਦੀ ਜਿੰਨੀ ਉਹਨਾਂ ਨੇ ਕ੍ਰੀਏਟ ਕਰ ਦਿੱਤੀ ਸੋਪ ਓਪਰਾਜ਼ ਨੇ। ਹੁਣ ਉਹਦੇ 'ਚ ਹਾਲਤ ਇਹ ਬਣ ਗਈ ਕਿ ਉਹ ਘਰਾਂ ਦੇ ਵਿੱਚ ਉਹੀ ਸਾਜ਼ਿਸ਼ਾਂ ਅਤੇ ਸਾਰਾ ਕੁਝ, ਲੋਕ ਜੀਣ ਲੱਗ ਗਏ ਜ਼ਿੰਦਗੀ, ਮਨ ਉੱਥੋਂ ਇਨਫਲੂਐਂਸ ਲੈ ਗਿਆ। ਇਸ ਲਈ ਜਿਹੜੀ ਮਨ ਦੀ ਧਾਰਾ ਆ ਇਹਨੂੰ ਬੜੇ ਧਿਆਨ ਨਾਲ ਦੇਖੋ, ਇਹ ਸਾਡੇ ਜੀਵਨ ਨੂੰ ਡਰਾਈਵ ਕਰਦਾ ਹੈ, ਸਾਡੇ ਬਿਹੇਵੀਅਰ ਨੂੰ ਡਰਾਈਵ ਕਰਦਾ ਹੈ, ਸਾਡੇ ਪੂਰੀ ਫੈਮਿਲੀ ਨੂੰ ਡਰਾਈਵ ਕਰਦਾ ਹੈ, ਪਰ ਕੋਈ ਚੀਜ਼ ਮਨ ਨੂੰ ਵੀ ਡਰਾਈਵ ਕਰਦੀ ਹੈ, ਉਹ ਹੈ ਇਨਫੋਰਮੇਸ਼ਨ, ਉਹ ਹੈ ਆਲੇ ਦੁਆਲੇ ਦਾ ਜਿਹੜਾ ਇਨਫਲੂਐਂਸ ਪ੍ਰਭਾਵ ਆ, ਜਿਹੜੇ ਇਹੋ ਜਿਹੀਆਂ ਚੀਜ਼ਾਂ ਨੇ। ਜੇ ਆਪਾਂ ਹੁਣ ਕਹੀਏ ਮਨ ਪਿਆਰ ਆ ਜੀ ਮਿੱਤਰਾ, ਹੁਣ ਮਨ ਨੂੰ ਅਸੀਂ ਆਪਣੇ ਫੇਵਰ ਵਿੱਚ ਲੈ ਕੇ ਜਾਣਾ, ਫੇਵਰ ਮੀਨ ਚੰਗੇ ਪਾਸੇ ਲੈ ਕੇ, ਬਦੀ ਵਾਲੇ ਪਾਸੇ ਨਹੀਂ, ਅਸੀਂ ਭਲੇ ਵਾਲੇ ਪਾਸੇ ਲੈ ਕੇ ਜਾਣਾ। ਫਿਰ ਭਾਈ ਇੰਨਾ ਕੀ ਹੈ, ਤੁਸੀਂ ਨਾ ਇਹਦਾ ਇਨਫਲੂਐਂਸ ਬਦਲੋਗੇ, ਤੁਸੀਂ ਇਹਦੀ ਸੰਗਤ ਬਦਲੋਗੇ, ਤੁਸੀਂ ਇਹਨੂੰ ਜਿਹੜੀ ਫੀਡ ਕੀਤੀ ਜਾ ਰਹੀ ਲਿਟਰੇਚਰ ਹੈ, ਜਿਹੜੀ ਚੀਜ਼ਾਂ ਵਿਖਾਈਆਂ ਸੁਣੀਆਂ ਜਾ ਰਹੀਆਂ ਨੇ ਉਹ ਬਦਲੋਗੇ, ਇਹਦੇ ਨਾਲ ਮਨ ਵਿੱਚ ਤਬਦੀਲੀ ਆਏਗੀ। ਗੁਰੂ ਬਾਬਾ ਜੀ ਨੇ ਇਹ ਬਾਤ ਵਾਰ ਵਾਰ ਬਾਣੀ 'ਚ ਕੀਤੀ, ਅੱਜ ਦੇ ਸ਼ਬਦ 'ਚ ਵੀ ਸਾਹਿਬ ਜ਼ਿਕਰ ਕਰਦੇ, ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ, ਹਰੀ ਤੋਂ ਬਿਨਾਂ ਸਭ ਝੂਠ ਪਸਾਰਾ ਆ। ਜੇ ਆਪਾਂ ਸੰਸਾਰੀ ਤੌਰ 'ਤੇ ਦੇਖਦੇ ਹਾਂ ਤੇ ਸਾਨੂੰ ਤੇ ਗੁਰੂ ਬਾਬਾ ਜੀ ਨੇ ਜੋ ਕੁਝ ਸਿਖਾਇਆ, ਪਿਛਲੇ ਅਸੀਂ ਇਤਿਹਾਸਕ ਦਿਹਾੜੇ ਵਿਚਾਰ ਰਹੇ ਸੀਗੇ, ਅਜੇ ਵੀ ਸਾਡੇ ਸਮਾਜ ਦੇ ਵਿੱਚ ਸਾਡੇ ਲੋਕਾਂ ਨੂੰ ਕਈ ਵਾਰੀ ਉਸ ਲੈਵਲ ਦਾ ਟੱਪੜਾ ਲੱਗਾ ਲੱਗ ਜਾਂਦਾ ਹੈ। ਜਿਵੇਂ ਮੌਤ ਦੇ ਬਾਰੇ ਸਿੱਖੀ ਦੀ ਅਪਰੋਚ ਬੜੀ ਪ੍ਰੈਕਟੀਕਲ ਤੇ ਬੜੀ ਚੜ੍ਹਦੀ ਕਲਾ ਵਾਲੀ ਹੈ।
ਮੈਂ ਬੀਤੇ ਕੱਲ ਵੀ ਕਿਸੇ ਗੁਰਦੁਆਰਾ ਸਾਹਿਬ ਤੋਂ ਜਾਣ ਤੋਂ ਬਾਅਦ ਕਿਸੇ ਟੀਵੀ ਪ੍ਰੋਗਰਾਮ ਤੇ ਸੀਗਾ ਤੇ ਉਹ ਬੜੇ ਚੰਗੇ ਸਾਡੇ ਮਿੱਤਰ ਹੈਗੇ ਨੇ ਤੇ ਉਹ ਕਹਿੰਦੇ ਜੀ ਹੋਸਟ ਕਰ ਰਹੇ ਸੀਗੇ ਤੇ ਉਹ ਕਹਿੰਦੇ ਗੱਲ ਇਹ ਹੈ ਕਿ ਆਹ ਜਿਹੜੇ ਦਿਨ ਨੇ ਸਿੱਖ ਸੰਗਤਾਂ ਵਾਸਤੇ ਬੜੇ ਦੁਖੀ ਕਰਨ ਵਾਲੇ ਦਿਨ ਨੇ, ਬੜਾ ਦੁੱਖ ਹੁੰਦਾ ਆ। ਇਸ ਕਿਸਮ ਦੇ ਨਾਲ ਉਹਨਾਂ ਸਾਰੀ ਬਾਤ ਪ੍ਰਜੈਂਟ ਕੀਤੀ ਸ਼ੁਰੂਆਤ ਦੇ ਵਿੱਚ। ਤੇ ਮੈਂ ਉਹ ਸੁਣਨ ਤੋਂ ਬਾਅਦ ਮੈਂ ਕਿਹਾ ਵੀ ਮੈਂ ਔਨ ਏਅਰ ਹੀ ਬੜੀ ਰਿਸਪੈਕਟਡ ਵੇ ਦੇ ਨਾਲ ਤੁਹਾਡੀ ਗੱਲ ਤੋਂ ਡਿਸਐਗਰੀ ਕਰਦਾ। ਇਹੋ ਹੀ ਤਾਂ ਸਾਨੂੰ ਮੁਸ਼ਕਲ ਬਣ ਗਈ ਸੀ, ਚੀਜ਼ਾਂ ਨੂੰ ਸਮਝ ਨਹੀਂ ਪਾ ਰਹੇ। ਸਾਡੇ ਘਰ ਦੇ ਵਿੱਚ ਸ਼ਹਾਦਤ ਜਿਹੜੀ ਹੈਗੀ ਏ, ਇਹ ਦੁੱਖ ਦਾ ਪ੍ਰਤੀਕ ਨਹੀਂ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਾਡੇ ਘਰ ਦੇ ਵਿੱਚ ਮੌਤ ਦੇ ਪ੍ਰਤੀ ਜਿਹੜੀ ਅਪਰੋਚ ਆ, ਉਹ ਕੁਦਰਤ ਦੇ ਨਿਯਮ ਨੂੰ ਸਮਝਣ ਵਾਲੀ ਹੈ। ਕੁਦਰਤ ਦਾ ਨਿਯਮ ਇਹ ਹੈ ਕਿ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਰੱਬ ਦਾ ਹੁਕਮ ਹੋਇਆ ਤੇ ਬੰਦਾ ਧਰਤੀ ਤੇ ਆ ਗਿਆ। ਫਿਰ ਉਸੇ ਹੁਕਮ ਦੇ ਵਿੱਚ ਹੀ ਅਸੀਂ ਬਚਨ ਪੜ੍ਹਦੇ ਹਾਂ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇੱਕ ਜੀਵਨ ਆ, ਥੋੜਾ ਸਮਾਂ ਮਿਲਿਆ ਸਾਨੂੰ, ਅਸੀਂ ਰਹਿਣਾ ਆ ਇੱਥੇ, ਫਿਰ ਤੱਤ ਤੱਤਾਂ 'ਚ ਵਲੀਨ ਹੋ ਜਾਣੇ ਨੇ। ਹੁਣ ਆਹ ਜਿਹੜੀ ਬਾਤ ਆ, ਜੇ ਬੰਦਾ ਨੂੰ ਇਸ ਲੈਵਲ 'ਤੇ ਓਬਜ਼ਰਵ ਕਰ ਲਵੇ, ਸਮਝ ਲਵੇ, ਅਤੇ ਜਿਵੇਂ ਘਰਾਂ ਥਾਵਾਂ ਦੇ ਵਿੱਚ ਆਮ ਅਸੀਂ ਜੀਆਂ ਦੇ ਗੁਜ਼ਰਨ ਦੇ ਉੱਤੇ ਵਰਲਾਪ ਕਰਦੇ, ਰੋਂਦੇ, ਅਤੇ ਫਿਰ ਬਹੁਤ ਕੁਝ ਇਸ ਲੈਵਲ 'ਤੇ ਅਗਲੇ ਲੈਵਲ 'ਤੇ ਲੈ ਆਉਂਦੇ। ਹਾਂ, ਵਕਤੀ ਤੌਰ 'ਤੇ ਥੋੜ੍ਹਾ ਬਹੁਤਾ ਦੁੱਖ ਹੁੰਦਾ ਆ, ਪਰ ਉਹਦੇ ਨਾਲ ਸਾਡਾ ਸਾਰਾ ਪਰਿਵਾਰ ਡਿਸਟਰਬ ਹੋ ਜਾਵੇ, ਸਾਡੀ ਮੈਂਟਲ ਹੈਲਥ ਡਿਸਟਰਬ ਹੋ ਜਾਵੇ, ਲਾਈਫ ਵੀ ਅਪਸ ਐਂਡ ਡਾਊਨ ਹੋ ਜਾਵੇ ਸਾਰੇ ਦੀ ਸਾਰੀ। ਦੈਟ ਇਜ਼ ਨੋਟ, ਦੈਟ ਸਿੱਖੀ ਦਾ ਪੁਆਇੰਟ ਆਫ ਵਿਊ ਇਹ ਨਹੀਂ ਹੈਗਾ। ਗੁਰੂ ਸਾਹਿਬ ਕਹਿੰਦੇ ਇੱਥੇ ਤੁਸੀਂ ਝੂਠ ਪਸਾਰੇ ਨਾਲ ਆਪਣੀ ਐਸੋਸੀਏਸ਼ਨ ਬਣਾ ਰਹੇ ਹੋ। ਮੈਂ ਇਹ ਸੋਚ ਰਿਹਾ, ਜਿਵੇਂ ਸਪੋਜ਼ ਕਰੋ ਬਦਲਾ ਕੁਦਰਤ ਦਾ ਨਿਯਮ ਆ, ਮੇਰੇ ਅੱਜ ਇਹੋ ਜਿਹੀ ਹੈਲਥ ਆ, ਬਿਲਕੁਲ ਠੀਕ ਹੈ, ਮੈਨੂੰ ਇਹਨੂੰ ਇਸ ਤਰ੍ਹਾਂ ਰੱਖਣ ਵਾਸਤੇ ਰੱਬ ਜੀ ਅੱਗੇ ਅਰਦਾਸ ਵੀ ਕਰਨੀ ਚਾਹੀਦੀ ਹੈ, ਮੈਨੂੰ ਮਿਹਨਤ ਵੀ ਕਰਨੀ ਚਾਹੀਦੀ ਹੈ, ਪਰ ਇਹ ਪੋਸੀਬਿਲਿਟੀ ਹੈ ਕਿ ਇਹ ਜਿਹੜੀ ਸਿਹਤ ਆ ਲਗਾਤਾਰ ਐਵੇਂ ਨਹੀਂ ਰਹੇਗੀ। ਵਕਤ ਦੇ ਨਾਲ, ਉਮਰ ਦੇ ਨਾਲ, ਸਮੇਂ ਦੇ ਨਾਲ ਤਬਦੀਲੀ ਆਏਗੀ ਇਹਦੇ ਵਿੱਚ। ਜਦੋਂ ਤਬਦੀਲੀ ਆਏ ਤੇ ਮੈਂ ਮਨ ਦੀ ਦੁਨੀਆ ਵਿੱਚ ਢੇਰੀ ਢਾ ਲਵਾਂ, ਮੈਂ ਕਹਾਂ ਵੀ ਓਹੋ ਹੋ ਆਹ ਕੀ ਬਣ ਗਿਆ, ਇਹਦਾ ਮਤਲਬ ਜਿਹੜੀ ਪਹਿਲੀ ਸਟੇਜ ਸੀ ਮੈਨੂੰ ਉਹੀ ਚਾਹੀਦੀ ਹੈ। ਵਾਰ ਵਾਰ ਲੋਕ ਇਸੇ ਤਰ੍ਹਾਂ ਰੋਂਦੇ ਨੇ, ਜਿਵੇਂ ਅਸੀਂ ਭਗਤ ਫਰੀਦ ਜੀ ਦੇ ਬੱਚੇ ਪੜ੍ਹਦੇ, ਜੋ ਬਨ ਜਾਂਦੇ ਨਾ ਡਰਾਂ। ਲੋਕ ਤਾਂ ਬੜਾ ਡਰਦੇ ਨੇ, ਲੋਕ ਕਹਿੰਦੇ ਨਾ ਜਵਾਨੀ ਨਹੀਂ ਜਾਣੀ ਚਾਹੀਦੀ, ਐਨ ਵਧੀਆ ਐਵੇਂ ਹੀ ਰਹਿਣਾ ਚਾਹੀਦਾ ਬੰਦਾ। ਉਹ ਕਹਿੰਦੇ ਨਹੀਂ ਨਹੀਂ ਮੇਰੇ 'ਚ ਕੋਈ ਘਬਰਾਹਟ ਨਹੀਂ ਹੈ, ਇਹ ਗੁਜ਼ਰਨੀ ਤੇ ਗੁਜ਼ਰ ਜਾਣੀ ਹੈ, ਸਮਾਂ ਲੰਘ ਜਾਣਾ। ਜਿਵੇਂ ਅਸੀਂ ਪੜ੍ਹਦੇ ਜੋ ਚਾਹੀਦੀ ਵਾਰ ਵਾਰ, ਲੋਕ ਇਸੇ ਤਰ੍ਹਾਂ ਰੋਂਦੇ ਨੇ, ਜਿਵੇਂ ਅਸੀਂ ਭਗਤ ਫਰੀਦ ਜੀ ਦੇ ਬੱਚੇ ਪੜ੍ਹਦੇ, ਜੋ ਬਨ ਜਾਂਦੇ ਨਾ ਡਰਾਂ। ਲੋਕ ਤਾਂ ਬੜਾ ਡਰਦੇ ਨੇ, ਲੋਕ ਕਹਿੰਦੇ ਨਾ ਜਵਾਨੀ ਨਹੀਂ ਜਾਣੀ। ਤੇ ਗੁਜ਼ਰ ਜਾਣੀ ਹੈ, ਸਮਾਂ ਲੰਘ ਜਾਣਾ। ਜਿਵੇਂ ਅਸੀਂ ਪੜ੍ਹਦੇ, ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਦਿਨ ਚੜ੍ਹਿਆ ਤੇ ਸੂਰੀ ਦੀ ਟਿੱਕੀ ਚੜ ਰਹੀ ਹੈ, ਇਸ ਕਿਸਮ ਨਾਲ ਕਰਦੇ ਨੇ। ਆਈ ਵਿਸ਼ ਟੂਡੇ ਇਜ਼ ਯੈਸਟਰਡੇ, ਮਤਲਬ ਕੱਲ ਹੀ ਹੁੰਦਾ, ਅੱਜ ਵੀ, ਕੱਲ੍ਹ ਬੜਾ ਫਨ ਸੀਗਾ, ਕੱਲ੍ਹ ਸੀਗਾ, ਅੱਜ ਨਵਾਂ ਆ, ਅੱਜ ਉਸ ਰੂਪ ਦੇ ਵਿੱਚ ਆ, ਆਉਂਦਾ ਕੱਲ੍ਹ ਹੋਰ ਨਵੇਂ ਰੂਪ ਵਿੱਚ ਹੋਏਗਾ। ਇਹੋ ਜਿਹੇ ਅਹਿਸਾਸ ਬੰਦਾ ਆਪਣੀ ਸੁਰਤ ਵਿੱਚ ਲੈ ਆਵੇ, ਫਿਰ ਮਨ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਇਹਦੇ ਨਾਲ ਅਟੈਚਮੈਂਟ, ਕਾਇੰਡ ਆਫ ਡਿਟੈਚਮੈਂਟ ਨਾਲ ਬਣਾਏਗਾ, ਸੋਚੇਗਾ ਥੋੜ੍ਹ ਚਿਰਾ ਸੰਸਾਰ ਆ, ਆਪਣੇ ਹਿੱਸੇ ਜਿੰਨਾ ਕੁ ਅਮਲ ਆਇਆ ਓਨਾ ਕੁ ਕਰੀਏ, ਬਾਕੀ ਅਗਾਂਹ ਕਰਤਾਰ 'ਤੇ ਛੱਡ ਦਈਏ। ਜੇ ਸਪੋਜ਼ ਮੈਂ ਸ਼ਹੀਦਾਂ ਦੀ ਬਾਤ ਕਾਫੀ ਲੰਬੀ ਚੌੜੀ ਕੀਤੀ ਅਸੀਂ ਇਸ ਪੰਜ ਚਾਰ ਦਿਨਾਂ ਦੀ ਹਾਜ਼ਰੀ ਦੇ ਵਿੱਚ, ਜੇ ਕੋਈ ਬੰਦਾ ਦਲੀਲ ਦੇ ਕੇ, ਤਰਕ ਦੇ ਕੇ ਇਹ ਸਮਝਾਉਂਦਾ ਗੁਰੂ ਸਾਹਿਬ ਨੂੰ ਵੀ ਗੁਰੂ ਸਾਹਿਬ ਤੁਹਾਡੇ ਤੇ ਪੁੱਤਰ ਸ਼ਹੀਦ ਹੋ ਗਏ, ਤੁਹਾਡਾ ਤੇ ਸਭ ਕੁਝ ਹੀ ਲੱਗ ਗਿਆ ਲੇਖੇ ਦੇ ਵਿੱਚ, ਤੁਹਾਨੂੰ ਤੇ ਕੁਝ ਵੀ ਨਹੀਂ ਮਿਲਿਆ, ਖਤਮ, ਫਿਨਿਸ਼। ਗੁਰੂ ਬਾਬਾ ਜੀ ਇਹੀ ਵਾਰ ਵਾਰ ਅਹਿਸਾਸ ਕਰਾਉਂਦੇ, ਵਿਜਨ ਲੰਮਾ ਕਰੋ, ਸਾਡੇ ਹਿੱਸੇ ਇੰਨੀ ਡਿਊਟੀ ਆਈ ਅਸੀਂ ਨਿਭਾ ਦਿੱਤੀ ਹੈ, ਬਾਕੀ ਕਰਤਾਰ ਦੀ ਕੁਦਰਤ। ਬੰਦਾ ਇਸੇ ਅਹਿਸਾਸ 'ਚ ਜੀ, ਜੋ ਮੇਰੇ ਹਿੱਸੇ ਆਇਆ ਮੈਂ ਆਪਣਾ ਰੋਲ ਅਦਾ ਕਰਾਂ, ਮੈਂ ਐਵੇਂ ਪਸਾਰੇ ਨੂੰ ਫੜ ਕੇ ਨਾ ਬੈਠਾਂ, ਮੈਂ ਧਰਤੀ 'ਤੇ ਸਾਰੀ ਦੁਨੀਆ ਬਦਲਣ ਵਾਸਤੇ ਨਹੀਂ ਆਇਆ, ਮੈਂ ਸਾਰੀ ਦੁਨੀਆ ਨੂੰ ਠੀਕ ਕਰਨ ਵਾਸਤੇ ਨਹੀਂ ਆਇਆ, ਮੈਨੂੰ ਜੋ ਠੀਕ ਲੱਗਦਾ ਇਸ ਕਰਤਾਰੀ ਨਿਜ਼ਾਮ ਦੇ ਵਿੱਚ, ਉਹਦੇ ਹੁਕਮ ਦੇ 'ਚ, ਉਹਨਾਂ ਮੈਂ ਆਪਣਾ ਹਿੱਸਾ ਪਾਵਾਂ, ਬਾਕੀ ਮਾਲਕ 'ਤੇ ਛੱਡ ਦੇਵਾਂ। ਇਹ ਹੈ ਡਿਟੈਚਮੈਂਟ। ਤੁਸੀਂ ਘਰਾਂ ਥਾਵਾਂ 'ਤੇ ਪਰਿਵਾਰਾਂ 'ਚ ਇੰਨਾ ਕੁ ਕਰਕੇ ਵੇਖੋ,
ਸਾਡੀ ਮੁਸ਼ਕਲ ਇਹ ਹੁੰਦੀ ਹੈ ਅਸੀਂ ਪਰਫੈਕਸ਼ਨਿਸਟ ਬਣਨ ਦੀ ਟਰਾਈ ਕਰਦੇ ਹਾਂ, ਸਾਰਾ ਕੁਝ ਮੈਂ ਹੀ ਠੀਕ ਕਰਨਾ, ਮੈਂ ਹੀ ਪਰਫੈਕਟ ਕਰਨਾ, ਸਾਰਿਆਂ ਨੂੰ ਪਲੀਜ਼ ਕਰਨਾ, ਕਦੀ ਵੀ ਨਹੀਂ ਹੋਏਗਾ, ਦੁਖੀ ਹੋ ਜਾਓਗੇ, ਜੀਵਨ ਬੋਝ ਬਣ ਜਾਏਗਾ, ਇੱਕ ਦਿਨ ਜਿਹੜਾ ਥੋੜ੍ਹਾ ਹਿੱਸਾ ਆਪਣਾ ਕਰਨਾ ਉਹ ਵੀ ਨਹੀਂ ਕਰ ਸਕੋਗੇ, ਇਹ ਝੂਠ ਪਸਾਰਾ ਮਾਰ ਦੇਗਾ। ਗੁਰੂ ਬਾਬਾ ਜੀ ਕਹਿੰਦੇ ਮਨ ਨੂੰ ਸਮਝਾ ਕੇ ਰੱਖ, ਬਚਨ ਹੈ ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੇ, ਹਰ ਬਿਨ ਝੂਠ ਪਸਾਰੇ। ਜਿਵੇਂ ਸਪੋਜ਼ ਅੱਜ ਕੱਲ੍ਹ ਸਾਨੂੰ ਇਹੋ ਜਿਹੀਆਂ ਚੀਜ਼ਾਂ ਵੀ ਫੀਡ ਕੀਤੀਆਂ ਜਾਂਦੀਆਂ ਨੇ, ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ ਹੈਗੀ, ਟਾਈਮ ਵੇਸਟਿੰਗ ਹੈਗੀ ਹੈ, ਐਵੇਂ ਮਤਲਬ ਇਹਨਾਂ ਚੀਜ਼ਾਂ ਨੂੰ ਹੋਰ ਚੀਜ਼ਾਂ ਦਾ ਧਿਆਨ ਦਿਓ, ਇਹਦੇ ਮੁਕਾਬਲਤਨ ਨਾ ਕਿਸੇ ਦੀ ਮਦਦ ਕਰ ਦਿਓ, ਕਿਸੇ ਨੂੰ ਜਾ ਕੇ ਕੋਈ ਕਿਸੇ ਵਾਸਤੇ ਕੰਮ ਕਰ ਦਿਓ, ਉਹ ਜ਼ਿਆਦਾ 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 ਫਾਇਦੇਮੰਦ ਹੋਏਗਾ। ਹਾਲਾਂਕਿ ਇੱਥੇ ਬਚਨ ਆ ਰਿਹਾ ਹਰ ਬਿਨ ਝੂਠ ਪਸਾਰੇ, ਤੁਹਾਡੀ ਜਿਹੜੀ ਸੈਲਫ ਬੈਟਰਮੈਂਟ ਆ ਉਹ ਕਰਨੀ ਹੈ ਵਿਚਾਰਾਂ ਨੇ, ਖਿਆਲਾਂ ਨੇ, ਸੋਚਾਂ ਨੇ, ਰੂਹਾਨੀ ਕਿਸਮ ਦੇ ਮੰਡਲ ਦੇ ਵਿਚਾਰਾਂ ਨੇ। ਜੇ ਤੁਸੀਂ ਪੜ੍ਹਨੇ ਛੱਡ ਦਿਓਗੇ, ਸੁਣਨੇ ਛੱਡ ਦਿਓਗੇ, ਸਮਝਣੇ ਛੱਡ ਦਿਓਗੇ, ਕੱਲ੍ਹ ਨੂੰ ਹੋਰ ਕੋਈ ਇਨਫਲੂਐਂਸ ਆਏਗਾ, ਕਿਸੇ ਹੋਰ ਪਾਸੇ ਚੱਲ ਪਵੋਗੇ। ਕਿਸੇ ਸਕੂਲ ਆਫ ਥਾਟ ਨਾਲ ਪੱਕੀ ਕਮਿਟਮੈਂਟ ਬਣਾਓ, ਉਸ ਕੰਮ ਨੂੰ ਇਸ ਨਿਸ਼ਚੇ ਨਾਲ ਕਰੋ ਕਿ ਇਹ ਮੇਰਾ ਅਲਟੀਮੇਟ ਜੀਵਨ ਦਾ ਮਕਸਦ ਆ, ਇੱਥੋਂ ਨਿਤਨੇਮ ਨਿਕਲਦਾ ਆ, ਇੱਥੋਂ ਤੁਹਾਡੀ ਰਹਿਣੀ ਰਹਿਤ ਵਿੱਚ ਬਾਣੀ ਦਾ ਰੰਗ ਆਉਂਦਾ ਆ, ਇੱਥੋਂ ਤੁਹਾਡੇ ਜੀਵਨ ਦੇ ਵਿੱਚ ਇੱਕ ਐਕਸਟਰਾ ਲੈਵਲ 'ਤੇ ਜਿਹੜੀ ਜਿਹਦੇ 'ਚੋਂ ਤੁਹਾਡੀ ਵਾਕਿਆ 'ਚ ਅਪਲਿਫਟਿੰਗ ਹੋਣੀ ਹੈ। ਗੁਰੂ ਬਾਬਾ ਜੀ ਕਹਿੰਦੇ ਮਨਾ ਇਸ ਚੀਜ਼ ਨੂੰ ਫੜ ਕੇ ਰੱਖ, ਇਹਦਾ ਤਿਆਗ ਨਹੀਂ ਕਰਨਾ। ਇਸੇ ਲਈ ਗੁਰੂ ਬਾਬਾ ਜੀ ਨੇ ਆਪ ਵਰ ਦੇ ਜੰਗ ਵਿੱਚ ਵਿਆਸਾ ਦੀ ਵਾਰ ਲਾਈ ਹੈ, ਪੂਰੇ ਮਾਹੌਲ ਜੰਗੀ ਮਾਹੌਲ 'ਚ ਸ਼ਹਾਦਤਾਂ ਦੇ ਵਿੱਚ ਰਹਿ ਰਾਸ ਦੇ ਦੀਵਾਨ ਲੱਗ ਰਹੇ ਨੇ, ਸਵੇਰ ਪ੍ਰਭਾਤ ਸਮੇਂ ਦਾ ਦੀਵਾਨ ਚੱਲ ਰਿਹਾ ਹੈ, ਸਭ ਇਹ ਚੀਜ਼ਾਂ ਕਿਆ ਇਹਦੇ ਤੋਂ ਬਿਨਾਂ ਸਭ ਝੂਠ ਪਸਾਰਾ ਹੀ ਹੈ। ਇਸ ਹਰੀ ਦੇ ਯਾਦ ਅਕਾਲ ਪੁਰਖ ਵਾਹਿਗੁਰੂ ਦੀ ਐਸੋਸੀਏਸ਼ਨ ਤੋਂ ਬਿਨਾਂ ਸਾਡੀ ਕੋਈ ਬੈਟਰਮੈਂਟ ਨਹੀਂ ਹੋ ਸਕਦੀ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ, ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀ ਉਹ ਮਿੱਤਰਾ ਬਿਖ ਸਾਗਰ ਸੰਸਾਰੇ, ਬਿਖ ਸਾਗਰ ਸੰਸਾਰੇ। ਇਹ ਜਿਹੜਾ ਸੰਸਾਰ ਆ ਇਹ ਸਾਗਰ ਆ, ਦੋਵਾਂ ਰੂਪਾਂ 'ਚ, ਗੁਣਾਂ ਦੇ ਰੂਪ ਵਿੱਚ ਵੀ, ਔਗੁਣਾਂ ਦੇ ਰੂਪ ਦੇ ਵਿੱਚ ਵੀ। ਹੁਣ ਸਪੋਜ਼ ਮੈਂ ਜਿਵੇਂ ਯੰਗ ਬੱਚਿਆਂ ਦੇ ਬਾਬਤ ਗੱਲ ਕਰ ਰਿਹਾ ਸੀਗਾ, ਹੁਣ ਬੱਚੇ ਨੇ ਕਈ ਵਾਰੀ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ, ਮੇਰੇ ਮਿੱਤਰ ਨੇ ਇੱਕ ਐਜੂਕੇਸ਼ਨਲ ਸਾਈਕੋਲੋਜਿਸਟ ਨੇ, ਅਤੇ ਅਸੀਂ ਇੱਕ ਵਾਰੀ ਇੱਥੇ ਇਕੱਠੇ ਕਲਾਸ ਲੈ ਰਹੇ ਹਾਂ ਬੱਚਿਆਂ ਦੀ, ਦੋਨੋਂ ਜਣੇ ਟੋਰੋਂਟੋ, ਅਤੇ ਉਹ ਕਲਾਸ ਲੈ ਰਹੇ ਹਾਂ, ਅਤੇ ਹੀ ਵਾਜ਼ ਜਸਟ ਆਸਕਿੰਗ ਵੈਰੀ ਸਿੰਪਲ ਕੁਸ਼ਚਨਸ ਵੇ ਯੰਗਸਟਰਸ, ਓਕੇ ਵਟ ਡੂ ਯੂ ਵਾਂਟ ਟੂ ਬੀ? ਅਤੇ ਇੱਕ ਬੱਚਾ ਕਹਿੰਦਾ ਆਈ ਵਾਂਟ ਟੂ ਬੀ ਐਕਚੁਲੀ ਆਰਮੀ ਮੈਨ, ਆਈ ਵਾਂਟ ਟੂ ਗੋ ਇਨ ਫੋਰਸਸ। ਓ ਭਾਈ ਸਾਹਿਬ ਕਹਿੰਦੇ ਵੈਰੀ ਗੁੱਡ, ਦੈਟਸ ਗੁੱਡ, ਯੂ ਨੋ ਇਨ ਆਰਮ ਫੋਰਸਸ, ਇਨ ਏਅਰ ਫੋਰਸ, ਦੇ ਆਰ ਸੋ ਮੈਨੀ ਡਿਫਰੈਂਟ ਕਾਇੰਡ ਆਫ ਜਿਹੜਾ ਹੈਗਾ ਉਹਦੇ 'ਚ ਕੈਰੀਅਰਸ ਹੈਗੇ ਨੇ ਤੇਰੇ, ਇਹਨਾਂ ਦਿਨਾਂ 'ਚ ਤੇਰੇ ਮਾਰਕਸ ਕਾਹਦੇ ਵਿੱਚ ਚੰਗੇ ਆਏ ਨੇ, ਇਹੋ ਜਿਹੀਆਂ ਗੱਲਾਂ ਪੁੱਛਣ ਲੱਗ ਗਏ ਉਹਨੂੰ ਰਿਪੋਰਟ ਕਾਰਡ ਦੇ ਵਿੱਚ। ਉਹ ਕਹਿੰਦਾ ਬਾਇਓਲੋਜੀ ਮੈਨੂੰ ਬੜੀ ਚੰਗੀ ਲੱਗਦੀ ਹੈ, ਏ ਪਲੱਸ ਹੈ, ਇਸ ਤਰੀਕੇ ਨਾਲ ਇਹੋ ਜਿਹੀਆਂ ਗੱਲਾਂ ਹੋਈਆਂ। ਅਤੇ ਉਹ ਨਾਲ ਦੀ ਨਾਲ ਸਾਰੀ ਗੱਲ ਹੋਈ, ਅਤੇ ਉਹ ਜਦੋਂ ਅਸੀਂ ਫੋਰਸਸ ਦੀ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਗੰਨਾਂ ਦੀ, ਅਸੀਂ ਗੱਲ ਕਰਦੇ ਹਾਂ ਜਿਹੜਾ ਖਾਸ ਕਰਕੇ ਵੈਪਨਸ ਵਗੈਰਾ ਉਸ ਸਾਰੇ ਦੇ ਬਾਰੇ। ਹੁਣ ਉਹਨਾਂ ਨੇ ਉਹ ਬਾਤ ਕਰਦੇ ਦੌਰਾਨ ਕਿਹਾ, ਕਹਿੰਦੇ ਦੇਖ ਫੋਰਸਸ ਦਾ ਮਤਲਬ ਇਕੱਲਾ ਗੰਨਾ ਨਹੀਂ ਹੈਗਾ, ਵੈਪਨ ਨਹੀਂ ਹੈਗਾ, ਫੋਰਸਸ ਦਾ ਮਤਲਬ ਮੈਡੀਕਲ ਕੈਰੀਅਰ ਵੀ ਹੈਗਾ, ਫੋਰਸਸ ਦਾ ਮਤਲਬ ਉੱਥੇ ਹੋਰ ਡਿਫਰੈਂਟ ਕੈਰੀਅਰਸ ਦੇ ਐਵੀਨਿਊਜ਼ ਹੈਗੇ ਨੇ, ਉਹਨਾਂ ਬਾਰੇ ਵੀ ਸੋਚਣਾ ਹੈਗਾ। ਹੁਣ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ, ਉਹ ਬੱਚਾ ਸੋਚਣ ਲੱਗ ਗਿਆ। ਮੈਂ ਮੁੜ ਕੇ ਕਿਹਾ, ਮੈਂ ਕਿਹਾ ਵੀ ਤੁਸੀਂ ਸਪੈਸੀਫਿਕਲੀ ਉਹਦੀ ਗੱਲ ਨੂੰ ਮੋੜ ਕੇ ਦੂਜੇ ਪਾਸੇ ਕਿਉਂ ਲੈ ਕੇ ਗਏ? ਕਹਿੰਦੇ ਐਕਚੁਲੀ ਯੰਗ ਏਜ ਆ, ਇਸੇ ਏਜ ਦੇ ਵਿੱਚ ਉਹਨਾਂ ਨੂੰ ਇਹੀ ਲੱਗਦਾ ਵੀ ਗੰਨਾ ਹੀ ਸਭ ਕੁਝ ਨੇ, ਮਤਲਬ ਬੰਦਾ ਇਹਦੇ ਨਾਲ ਹੀ ਕੂਲ ਮਹਿਸੂਸ ਕਰਦਾ, ਇਹੀ ਤਗੜੀ ਚੀਜ਼ ਆ। ਵਾਇਲੈਂਸ ਦੀ ਕਿਤੇ ਨਾ ਕਿਤੇ ਅੰਦਰ ਗੱਲ ਆ ਰਹੀ ਉਸ ਰੂਪ ਦੇ ਵਿੱਚ, ਇਹਨੂੰ ਕਾਊਂਟਰ ਕਰਨਾ ਪਏਗਾ। ਇਹਨਾਂ ਨੂੰ ਸੰਸਾਰ ਦੇ ਵਿੱਚ ਉਹ ਚੀਜ਼ਾਂ ਅਪੀਲ ਕਰਦੀਆਂ ਨੇ ਜਿਹੜੀਆਂ ਜ਼ਹਿਰ ਇਹਨਾਂ ਦੇ ਜੀਵਨ 'ਚ ਬੀਜ ਦੇਣਗੀਆਂ, ਜਿਹੜੀਆਂ ਜ਼ਹਿਰੀ ਬਣਾ ਦੇਣਗੀਆਂ। ਸਾਨੂੰ ਉਸ ਬਿੱਖ ਨੂੰ ਅੰਮ੍ਰਿਤ ਬਣਾਉਣ ਦੀ ਲੋੜ ਆ। ਇਹਨਾਂ ਨੂੰ ਦੱਸਿਆ ਜਾਏ, ਜਿਵੇਂ ਸਪੋਜ਼ ਕਰੋ, ਕਹਿੰਦੇ ਵੀ ਮੈਂ ਤਾਂ ਇੱਥੋਂ ਤੱਕ ਰੈਡੀ ਸੀਗਾ ਜੇ ਮੇਰੇ ਨਾਲ ਬਹਿਸ ਕਰਦਾ, ਅਤੇ ਮੈਂ ਉਹਨੂੰ ਕਹਿੰਦਾ ਵੀ ਦੇਖ ਗੱਲ ਇਹ ਹੈ ਵੀ ਜੇ ਤੂੰ ਇਕੱਲਾ ਗੰਨਾ ਨੂੰ ਹੀ ਪਿਆਰ ਕਰਦਾ ਹੈ ਤਾਂ ਫਿਰ ਫੋਰਸਿਸ ਵਿੱਚ ਜਾਣ ਦੀ ਬਹੁਤੀ ਲੋੜ ਨਹੀਂ ਹੈਗੀ, ਫਿਰ ਗੈਂਗਸ ਜਿਹੜੇ ਇੱਥੇ ਹੈਗੇ ਨੇ ਉਹ ਤਾਂ ਨੈਕਸਟ ਡੇ ਗੰਨ ਮਿਲ ਜਾਂਦੀ ਹੈ, ਅਗਲੇ ਦਿਨ ਹੀ ਦੇ ਦਿੰਦੇ ਨੇ, ਫਿਰ ਤਾਂ ਉਹਦੇ ਚਲਾ ਜਾ। ਐਕਚੁਅਲ ਲੈਵਲ 'ਤੇ ਫੋਰਸਿਸ ਦਾ ਮਤਲਬ ਹੈ ਟੂ ਸਰਵ ਕਮਿਊਨਿਟੀ, ਟੂ ਸਰਵ ਹਿਊਮੈਨਿਟੀ। ਇਹ ਚੀਜ਼ ਪਹਿਲਾਂ ਸਮਝ ਆਪਣੇ ਆਪ ਦੇ ਵਿੱਚ,
ਸੰਸਾਰ ਦੇ ਵਿੱਚ ਨਾ ਕੋਈ ਵੈਪਨ ਮਾੜਾ, ਨਾ ਕੋਈ ਕਿਸੇ ਕਿਸਮ ਦਾ ਜਿਹੜੇ ਸ਼ਾਰਪਨ ਐਜ ਹੁੰਦੀਆਂ ਨੇ ਚੀਜ਼ਾਂ, ਜਿਵੇਂ ਸਪੋਜ਼ ਕਰੋ ਨਾਈਫ ਨੇ ਕੋਈ ਚੀਜ਼ ਆ, ਅਸੀਂ ਕਹਿੰਦੇ ਨੋ ਨੋ ਦੋਜ਼ ਆਰ ਬੈਡ, ਨਹੀਂ ਨਹੀਂ ਬਿਲਕੁਲ ਠੀਕ ਹੈ, ਕਿਚਨ ਵਿੱਚ ਸਾਰੇ ਕੰਮ ਆਉਂਦੇ ਨੇ, ਮੈਡੀਕਲ ਇਕਿਊਪਮੈਂਟ ਸਾਰੇ ਦੇ ਵਿੱਚ, ਓਪਰੇਸ਼ਨ ਸਰਜਰੀਆਂ ਹੁੰਦੀਆਂ, ਸਭ ਕੁਛ ਹੁੰਦਾ, ਪਰ ਉਸ ਸਾਰੇ ਉਹਨਾਂ ਦਾ ਯੂਜ਼ ਜਿਹੜਾ ਆ ਉਹ ਤਾਂ ਬੜਾ ਪੋਜ਼ਿਟਿਵ ਆ, ਉਹ ਤਾਂ ਬੜਾ ਜਿਹੜਾ ਹੈ ਕੰਟਰੀਬਿਊਟ ਕਰ ਰਹੇ ਨੇ ਚੰਗੇ ਤਰੀਕੇ ਨਾਲ ਸੋਸਾਇਟੀ ਸਮਾਜ ਦੇ ਵਿੱਚ। ਇਹੋ ਜਿਹਾ ਸੰਸਾਰ ਸਿਰਜਿਆ ਜਾਏ ਜਿਹਦੇ ਵਿੱਚ ਹਰ ਚੀਜ਼ ਦਾ ਇਸਤੇਮਾਲ ਉਹਦੇ ਅਕੋਰਡਿੰਗਲੀ ਅਤੇ ਸੰਸਾਰ ਦੀ ਲੋੜ ਦੇ ਮੁਤਾਬਕ ਕੀਤਾ ਜਾਏ, ਜਿੱਥੇ ਅਸੀਂ ਈਵਨ ਬੰਦਾ ਬਹੁਤ ਇੰਟੈਲੀਜੈਂਟ ਵੀ ਹੈ, ਮੈਂ ਬੇਨਤੀ ਕੀਤੀ ਜਿਵੇਂ ਇੰਟਲੈਕਟ ਕਈਆਂ ਦਾ ਬੜਾ ਹਾਇਰ, ਬੜੇ ਹਾਇਰ ਲੈਵਲ ਦੇ ਇੰਟਲੈਕਚੁਅਲ ਹੈਗੇ ਨੇ, ਯੂਜ਼ ਕਾਹਦੇ ਵਾਸਤੇ ਕਰ ਰਹੇ ਨੇ? ਅਸੀਂ ਹਰ ਰੋਜ਼ ਇੱਥੇ ਮਤਲਬ ਅਥੋਰਿਟੀਜ਼ ਨੂੰ ਵੀ ਮੁਸ਼ਕਲ ਬਣੀ ਪਈ ਹੈ, CRA ਦੀਆਂ ਕਾਲਸ ਆਉਂਦੀਆਂ ਨੇ, ਪੁਲਿਸ ਅਥੋਰਿਟੀਜ਼ ਦੀ ਕਾਲ ਆਉਂਦੀਆਂ ਨੇ, ਮਤਲਬ ਤੁਹਾਡੇ ਆਪਣੇ ਸਿਸਟਮ ਨੂੰ ਹੈਕ ਕਰਕੇ ਤੁਹਾਡੀਆਂ ਕਾਲਾਂ ਆਉਂਦੀਆਂ ਨੇ। ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਲੋਕ ਇਹ ਕਰ ਰਹੇ ਨੇ ਪਿੱਛੇ ਬੈਠੇ, ਜਿਹੜੇ ਫੜੇ ਵੀ ਨਹੀਂ ਜਾ ਰਹੇ, ਉਹ ਘੱਟ ਬ੍ਰੇਨੀ ਨੇ? ਬ੍ਰੇਨ ਦੀ ਤਾਂ ਇੰਤਹਾ ਆ, ਪਰ ਜ਼ਹਿਰ ਬਣਾ ਰਹੇ ਨੇ ਆਪਣੇ ਵਾਸਤੇ, ਖਾਈ ਪੁੱਟ ਰਹੇ ਨੇ। ਲੇਟਰ ਔਰ ਸੋਨਰ ਅਕਸਰ ਕਿਹਾ ਜਾਂਦਾ ਨਾ ਵੀ ਜਿਹੜਾ ਹੈਗਾ 100 ਦਿਨ ਚੋਰ ਦੇ, 1 ਦਿਨ ਸਾਧ ਦਾ। ਇਹ ਥੋੜ੍ਹਾ ਕਿ ਹਰ ਰੋਜ਼ ਐਵੇਂ ਚੱਲਦਾ ਰਹੇਗਾ, ਅਲਟੀਮੇਟਲੀ ਕਿਤੇ ਨਾ ਕਿਤੇ ਅਥੋਰਿਟੀਜ਼ ਜਿਹੜੀਆਂ ਨੇ ਉਹ ਵੀ ਓਬਜ਼ਰਵ ਕਰ ਰਹੀਆਂ ਨੇ, ਕੱਲ੍ਹ ਨੂੰ ਪਕੜੇ ਜਾਣਗੇ, ਕੱਲ੍ਹ ਨੂੰ ਉਹ ਜਿਹੜੀ ਐਬਿਲਿਟੀ ਇਤਨੀ ਜ਼ਬਰਦਸਤ ਆ ਉਹ ਜੇਲ੍ਹ ਦੇ ਦਰਵਾਜ਼ੇ ਤੱਕ ਲਿਜਾਏਗੀ, ਲਾਈਫ ਟਾਈਮ ਵਾਸਤੇ ਜਿਹੜੀ ਹੈ ਉਹ ਨਮੋਸ਼ੀ ਦਵਾਏਗੀ, ਉਹਦੇ ਵਾਸਤੇ ਅੰਬੈਰਸਮੈਂਟ ਦਵਾਏਗੀ। ਇਹ ਸਾਰੀ ਚੀਜ਼ ਨੂੰ ਗੁਰੂ ਸਾਹਿਬ ਨੇ ਕਿਹਾ ਇਹ ਬਿਖ ਜ਼ਹਿਰ ਆ। ਇਸ ਮਨ ਨੂੰ ਵਾਰ ਵਾਰ ਸਮਝਾ, ਸੰਸਾਰ ਭੋਗਣਾ ਆ, ਮਾਨਣਾ ਆ, ਕਮਾਉਣਾ ਆ, ਹੰਡਾਉਣਾ ਆ, ਰਹਿਣਾ ਆ, ਪਰ ਜ਼ਹਿਰ ਨਹੀਂ ਬਣਾਉਣਾ। ਬਿਲਕੁਲ ਸਾਫ਼ ਗੋਈ ਨਾਲ ਅਪਰੋਚ ਜਿਹੜੀ ਹੈ ਉਹ ਬਿਲਡ ਕਰਨੀ ਹੈ। ਮੈਨੂੰ ਸਿੰਪਲ ਲੈਵਲ 'ਤੇ ਘਰਾਂ ਥਾਵਾਂ 'ਚ ਬਾਤ ਇਗਜ਼ਾਮਪਲ ਕਰਦਾ ਹਾਂ, ਤੁਹਾਡਾ ਹਾਊਸ ਹੋਲਡ ਘਰ ਆ, ਤੁਸੀਂ ਉਹਨੂੰ ਕਿੰਨਾ ਕਲੀਨ ਕਰਕੇ ਰੱਖਦੇ ਹੋ, ਤੁਸੀਂ ਕਹਿੰਦੇ ਹੋ ਡਸਟ ਨਾ ਹੋਏ, ਮਿੱਟੀ ਨਾ ਹੋਏ, ਇੱਥੇ ਮੱਪ ਕਰਕੇ ਰੱਖੋ, ਕਲਰ ਖਰਾਬ ਹੋ ਜਾਵੇ ਮਾੜਾ ਜਿਹਾ ਕਲਰ ਉਹਨੂੰ ਕਰਦੇ ਹੋ, ਪੂਰਾ ਸੰਭਾਲ ਕੇ। ਠੀਕ, ਚਲੋ ਘਰ 'ਤੇ ਸੰਭਾਲ ਲਿਆ, ਤੁਹਾਡੇ ਬੜਾ ਟਾਈਡੀ ਅਪ ਆ, ਬੜਾ ਲਿਸ਼ਕਦਾ ਆ, ਘਰ ਦੇ ਵਿੱਚ ਰਹਿਣ ਵਾਲੇ ਜੀਆਂ ਦਾ ਵਿਹਾਰ ਉਹਦੇ 'ਤੇ ਵੀ ਕੰਮ ਕਰੋ ਥੋੜ੍ਹਾ ਜਿਹਾ, ਉਹਨਾਂ 'ਚ ਸਨੇਹ ਹੋਏ, ਪਿਆਰ ਹੋਏ, ਖਲੂਸ ਹੋਏ, ਮੁਹੱਬਤ ਹੋਏ, ਕੁਝ ਐਟੀਕੇਟਸ ਹੋਣ, ਮੈਨਰਸ ਹੋਣ, ਇੱਕ ਦੂਜੇ ਨਾਲ ਗੱਲ ਕਰਨ ਦਾ ਤਰੀਕਾ ਸਲੀਕਾ ਹੋਏ। ਠੀਕ, ਇਹ ਆ ਗਿਆ। ਫਿਰ ਇਕੱਲਾ ਇਹੀ ਨਹੀਂ ਆ ਗਿਆ, ਅਗਲੇ ਲੈਵਲ 'ਤੇ ਸੋਚੋ ਕਿ ਜਿਸ ਘਰ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਦਾ ਜਾਂ ਜਿਹੜੇ ਮਨੁੱਖ ਨੇ ਉੱਥੇ ਮੈਂਬਰਸ ਨੇ ਉਹਨਾਂ ਦਾ ਮਨ ਮੰਡਲ ਕੀ ਸੋਚ ਰਿਹਾ, ਉਹਦੇ 'ਤੇ ਵੀ ਕੰਮ ਕੀਤਾ ਜਾਏ, ਇਹ ਸੁਧਾਰ ਆ। ਜ਼ਹਿਰ ਕਿਤੋਂ ਵੀ ਹੋ ਸਕਦਾ ਹੈ, ਉਹ ਫਿਰ ਫੈਲੇਗਾ ਅਤੇ ਉਹ ਅਖੀਰ ਮਾਰੇਗਾ ਸਾਨੂੰ ਵੀ, ਸਾਡੇ ਪਰਿਵਾਰ ਨੂੰ, ਸਾਡੇ ਸੰਸਾਰ ਨੂੰ। ਜਿਹੜਾ ਗੁਰੂ ਬਾਬਾ ਜੀ ਨੇ ਬਾਤ ਕੀਤੀ, ਮਨ ਪਿਆਰਿਆ ਜਿਉ ਮਿੱਤਰਾ ਬਿਖ ਸਾਗਰ ਸੰਸਾਰੇ, ਇਹ ਪੋਸੀਬਿਲਿਟੀ ਆ। ਸੰਸਾਰ ਵਿੱਚ ਜ਼ਹਿਰ ਪਿਆ ਬਹੁਤ ਸਾਰਾ, ਇਹ ਸੰਸਾਰ ਇਹਦੇ 'ਚ ਗਰਕ ਹੋ ਸਕਦਾ ਇਸ ਰੂਪ ਦੇ ਵਿੱਚ। ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੈ। ਹਾਂ ਮਹਾਰਾਜ, ਫਿਰ ਕਈ ਵਾਰੀ ਡਰ ਵੀ ਲੱਗਦਾ ਆ ਇਸ ਸੰਸਾਰ ਭਵ ਸਾਗਰ 'ਚ ਡੁੱਬੀ ਨਾ ਜਾਈਏ, ਅਤੇ ਗੁਰੂ ਬਾਬਾ ਜੀ ਕਹਿੰਦੇ ਚਰਨ ਕਮਲ ਕਰ ਬੋਹਿਤ ਕਰਤੇ, ਉਸ ਕਰਤੇ ਅੱਗੇ ਅਰਦਾਸ ਕਰ, ਉਹਨੂੰ ਕਹਿ ਆਪਣੇ ਕੌਲ ਰੂਪ ਚਰਨ ਜਿਹੜੇ ਨੇ ਨਾ ਉਹ ਮੈਨੂੰ ਜਹਾਜ਼ ਬਣਾ ਦੇ, ਬੋਹਿਤ ਬਣਾ ਦੇ, ਬੇੜੀ ਬਣਾ ਦੇ। ਅਸੀਂ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ ਬਾਣੀ ਦੇ ਵਿੱਚ, ਜਿਉਂ ਮੰਦਰ ਕੋ ਥੰਮੈ ਥੰਮਨ, ਗੁਰ ਕਾ ਸ਼ਬਦ ਮਨੈ ਅਸਥੰਮਨ, ਜਿਉਂ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਕਿਆ ਜਿਵੇਂ ਮੰਦਰ ਨੂੰ ਆ ਛੱਤ ਐਡਾ ਵੱਡਾ, ਵਿੱਚ ਕੋਈ 2-4 ਥੰਮਲੇ ਖੜ੍ਹੇ ਨੇ, ਛੱਤ ਸਾਰਾ ਉਹਨਾਂ ਨੇ ਥੰਮਿਆ ਹੈਗਾ, ਸਾਡਾ ਮਨ ਡੋਲਦਾ ਆ, ਘਬਰਾਉਂਦਾ ਆ, ਮਾੜੇ ਪਾਸੇ ਜਾਂਦਾ ਆ, ਇਹਨੂੰ ਥੰਮੀਆਂ ਦਿੱਤੀਆਂ ਜਾਣ, ਗਿਆਨ ਦੀਆਂ, ਸੱਚ ਦੀਆਂ, ਚੰਗੀ ਸੰਗਤ ਦੀਆਂ, ਚੰਗੇ ਲਫਜ਼ਾਂ ਦੀਆਂ। ਇਹ ਹੈ ਇਸ ਭਵ ਸਾਗਰ ਤੋਂ ਤਾਰ ਪਾਰ ਕਰਨ ਦਾ ਤਰੀਕਾ। ਇਹ ਜਿਵੇਂ ਜਿਉਂ ਪਾਖਾਨ ਨਾਵ ਚੜ੍ਹ ਤਰੈ, ਪਾਖਾਨ ਪੱਥਰ ਨੂੰ ਕਹਿੰਦੇ ਨੇ, ਪਾਣੀ ਵਿੱਚ ਸੱਟੋ ਡੁੱਬ ਜਾਏਗਾ ਰਾਈਟ ਵੇ। ਮੋਸਟਲੀ ਬੰਦੇ ਨੂੰ ਤੁਸੀਂ ਸਿਚੁਏਸ਼ਨ 'ਚ ਪਾਓਗੇ, ਪੋਸੀਬਿਲਿਟੀ ਹੈ ਉਹ ਮਾੜੇ ਪਾਸੇ ਤੁਰ ਜਾਏਗਾ। ਇਸ ਕਰਕੇ
ਉਹਨੂੰ ਕਿਸੇ ਬੜੇ ਸੁਪਰਵਾਈਜ਼ਡ ਮੈਨਰ ਦੇ ਵਿੱਚ ਰੱਖ ਕੇ ਕਿਸੇ ਜਗ੍ਹਾ 'ਤੇ ਰੱਖੋ, ਉਹ ਬਚ ਜਾਏਗਾ। ਜਿਵੇਂ ਸਪੋਜ਼ ਸਾਡੇ ਇੱਥੇ ਵੱਡੇ ਲੈਵਲ 'ਤੇ ਸਟੂਡੈਂਟਸ ਆ ਰਹੇ ਨੇ, ਇੰਟਰਨੈਸ਼ਨਲ ਸਟੂਡੈਂਟਸ, ਅਤੇ ਸਾਡੀ ਕਮਿਊਨਿਟੀ ਦੇ ਵਿੱਚ ਹੀ ਇੱਕ ਉਹਨਾਂ ਦੇ ਪ੍ਰਤੀ ਇੱਕ ਬੜੀ ਮਤਲਬ ਜਿਹਨੂੰ ਕਿਹਾ ਜਾਏ ਬੜੀ ਨਾ ਪੱਖੀ ਜਿਹੀ ਵਰਤਾਰੇ ਵਾਲੀ ਅਪਰੋਚ ਅਸੀਂ ਦੇਖ ਰਹੇ ਹੈਗੇ ਹਾਂ। ਉਹਦੇ ਬਹੁਤ ਸਾਰੇ ਰੀਜ਼ਨ ਨੇ। ਜਿਹੜਾ ਪਹਿਲਾ ਰੀਜ਼ਨ ਇਹ ਬਣ ਰਿਹਾ ਕਿਉਂਕਿ ਜਿਸ ਏਜ ਵਿੱਚ ਉਹ ਬਹੁਤੇ ਬੱਚੇ ਆ ਰਹੇ ਨੇ ਉਹਨਾਂ ਨੂੰ ਇੱਕ ਬਹੁਤ ਕਲੋਜ਼ ਸੁਪਰਵਿਜ਼ਨ ਦੀ ਲੋੜ ਆ ਜਿਹੜੀ ਰਹਿੰਦੀ ਨੇਗੀ। ਅਸੀਂ ਬੀਂਗ ਏ ਪੇਰੈਂਟਸ ਆਪਣੀਆਂ ਜਿਹੜਾ ਹੈਗਾ ਆਪੋ ਆਪਣੀ ਜਗ੍ਹਾ 'ਤੇ ਹਾਊਸ ਹੋਲਡ ਵਿੱਚ ਰੋਲ ਅਦਾ ਕਰ ਰਹੇ ਹੋ, ਹਰ ਵਕਤ ਤੁਸੀਂ ਬੱਚੇ ਨੂੰ ਰੋਕਦੇ ਹੋ, ਟੋਕਦੇ ਹੋ, ਫਿਰ ਵੀ ਉਹ ਕਿਤੇ ਨਾ ਕਿਤੇ ਮਿਸਟੇਕਸ ਕਰਦਾ ਕਿਉਂਕਿ ਏਜ ਐਸੀ ਹੈ। ਬੇਬਹਾ ਐਨਰਜੀ ਹੈ ਅਤੇ ਖੁਰਾਫਾਤ ਮਨ ਬੈਠਾ, ਉਹਨੂੰ ਲੱਗਦਾ ਵੀ ਇਸ ਤਰੀਕੇ ਨਾਲ ਜਿੱਥੇ ਸੁਪਰਵਿਜ਼ਨ ਨਹੀਂ ਹੋਏਗੀ, ਉਸ ਜਿਹੜੀ ਸੁਪਰਵਿਜ਼ਨ ਦੀ ਗੈਰ ਹਾਜ਼ਰੀ ਹੈ, ਉਹਦੀ ਜਿਹੜੀ ਐਬਸੈਂਟ ਆ, ਉਹ ਇੱਕ ਲੈਵਲ 'ਤੇ ਸਾਹਿਬ ਰੱਖੋ, ਗੁਟਕੇ ਸਾਹਿਬ ਰੱਖੋ, ਪੜ੍ਹੋ, ਪਾਣੀ ਦੇ ਵਿੱਚ ਆ ਨਾ, ਭੁੱਲ ਜਾਓ, ਕੋਈ ਪਤਾ ਨਹੀਂ ਕਿਹੜੀ ਲਹਿਰ ਨੇ ਆਉਣਾ। ਜਿਵੇਂ ਅਸੀਂ ਪਲੇਨ 'ਚ ਟਰੈਵਲ ਕਰਦੇ ਹਾਂ, ਜਦੋਂ ਇੱਕ ਵਾਰੀ ਪਲੇਨ ਜਿਹੜਾ ਹੈਗਾ ਉਹ ਟੇਕ ਆਫ ਹੋ ਜਾਂਦਾ ਉਸ ਰੂਪ ਦੇ ਵਿੱਚ, ਉਸ ਤੋਂ ਬਾਅਦ ਹਵਾ ਦੇ ਵਿੱਚ ਜਿੰਨੀ ਦੇਰ ਤੱਕ ਉਹ ਲੈਂਡ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਡਰ ਤਾਂ ਬਣਿਆ ਨਾ। ਪੋਸੀਬਿਲਿਟੀ ਹੈ ਕਿ ਭਾਈ ਕਿਸੇ ਕਿਸਮ ਦੀ ਕੋਈ ਦੁਰਘਟਨਾ ਨਾ ਹੋ ਜਾਵੇ, ਕੁਛ ਨਾ ਹੋ ਜਾਵੇ, ਅਤੇ ਉਹ ਤਾਂ ਜੇ ਬੜੇ ਸਿਕਿਓਰ ਮਸ਼ੀਨਰੀ ਦੀ ਗੱਲ ਕਰ ਰਹੇ ਹਾਂ ਅਸੀਂ, ਬੜੇ ਅਸੀਂ ਸਿਕਿਓਰ, ਪਰ ਇੱਥੇ ਤਾਂ ਜਿਹੜੀ ਬਾਤ ਹੈ ਜੀਵਨ ਦੀ, ਇਹ ਇੱਕ ਛੋਟਾ ਜਿਹਾ ਥੋਟ, ਇੱਕ ਛੋਟਾ ਜਿਹਾ ਖਿਆਲ ਪਤਾ ਨਹੀਂ ਕਿੱਥੋਂ ਚੁੱਕ ਕੇ ਬੰਦੇ ਨੂੰ ਕਿੱਥੇ ਲੈ ਜਾਏ। ਇਸ ਲਈ ਹਰ ਵਕਤ ਚੰਗੀ ਸੰਗਤ ਕਰੋ, ਚੰਗੇ ਵਿਚਾਰ ਪੜ੍ਹੋ, ਚੰਗਿਆਂ ਦੀ ਸੋਭਤ ਬੈਠੋ। ਗੁਰੂ ਬਾਬਾ ਜੀ ਨੇ ਕਿਹਾ ਇਹ ਸਹਿਸਾ ਹੈ, ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੈ, ਪਰ ਸਹਿਸੇ ਦੁੱਖ ਤੋਂ ਬਚ ਸਕਦਾ ਹੈ ਤੂੰ। ਅਗਲਾ ਬਚਨ ਹੈ ਗੁਰ ਪੂਰਾ ਭੇਟੈ ਵਡਭਾਗੀ ਆਠ ਪਹਿਰ ਪ੍ਰਭ ਜਾਪੈ, ਜਿਨ੍ਹਾਂ ਨੂੰ ਅੱਠੋ ਪਹਿਰ ਪ੍ਰਭੂ ਜਾਪਣਾ ਦਿਸਣਾ ਸ਼ੁਰੂ ਹੋ ਜਾਂਦਾ, ਰੱਬ ਦਾ ਭੈ ਆ ਜਾਂਦਾ, ਉਹ ਵਡਭਾਗੇ ਲੋਕ ਗੁਰੂ ਪੂਰੇ ਦੇ ਨਾਲ ਆਪਣੀ ਐਸੋਸੀਏਸ਼ਨ ਬਣਾ ਲੈਂਦੇ ਨੇ। ਭਾਵ ਕੋਈ ਜੀਵਨ ਗੁਰਮਤ ਜਾਂ ਜਿਵੇਂ ਕਿਹਾ ਜਾਏ ਕਿ ਇੱਕ ਚੰਗੀ ਆਈਡੀਓਲੋਜੀ ਨੂੰ ਸਮਰਪਿਤ ਹੋ ਕੇ ਜੀਵਨ ਜੀਣਾ ਸ਼ੁਰੂ ਕਰ ਦਿੰਦੇ ਨੇ, ਉਹਦੀ ਬਾਤ ਹੋ ਰਹੀ ਹੈ ਇਹਦੇ ਵਿੱਚ। ਨਾਲ ਹੀ ਬਚਨ ਕਿਹਾ ਆਦਿ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਆਧਾਰੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੂੰ ਸ਼ੁਰੂ ਤੋਂ ਅਖੀਰ ਤੱਕ ਆਪਣੇ ਸੇਵਕ ਭਗਤਾਂ ਨੂੰ ਨਾਮ ਦਾ ਆਧਾਰ ਦਿੰਦਾ ਆ ਤਾਂ ਮੈਨੂੰ ਵੀ ਦਏਗਾ, ਮੈਂ ਇਸ ਕਰਕੇ ਤੇਰੇ ਦਰ 'ਤੇ ਆਇਆ, ਅਰਦਾਸ ਕਰ ਰਿਹਾ ਵਾਂ। ਇੱਕ ਮਨ ਦਾ ਵਿਸ਼ਵਾਸ ਆ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਡੀ ਸਿੱਖ ਹੋਣ ਦੇ ਨਾਤੇ ਇੱਕ ਸੰਬੰਧ ਆ ਵੀ ਰੱਬ ਜੀ ਕਿਸੇ ਦਾ ਦਾਮਨ ਖਾਲੀ ਨਹੀਂ ਰੱਖਦਾ, ਝੋਲੀ ਖਾਲੀ ਨਹੀਂ ਰੱਖਦਾ। ਜੋ ਲੋਕ ਅਰਦਾਸ ਕਰਦੇ ਨੇ ਉਹਨਾਂ ਦੇ ਝੋਲੀ ਦੇ ਵਿੱਚ ਉਹ ਸੋਝੀ ਪਾ ਦਿੰਦਾ, ਅਕਲ ਪਾ ਦਿੰਦਾ, ਸਿਆਣਪ ਪਾ ਦਿੰਦਾ, ਜੀਵਨ ਜੀਣ ਦਾ ਚੰਗਾ ਢੰਗ ਤਰੀਕਾ ਪਾ ਦਿੰਦਾ, ਨਾਮ ਦਾ ਆਧਾਰ ਪਾ ਦਿੰਦਾ। ਉਹਨੂੰ ਗੁਰੂ ਸਾਹਿਬ ਨੇ ਕਿਹਾ ਆਦਿ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਆਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ
ਬਿਨ ਹਰ ਝੂਠ ਪਸਾਰੇ। ਹੇ ਨਾਨਕ ਕਹਿ ਸਿੱਖ ਦੇ ਮਨ ਪ੍ਰੀਤਮ। ਫਿਰ ਇੱਕ ਪੰਜਾਬੀ ਦੇ ਅਖਾਣ ਦੀ ਗੱਲ ਕਰ ਲੈਂਦੇ ਹਾਂ, ਵਾਇੰਡ ਅਪ ਕਰ ਦਿੰਦੇ ਹਾਂ ਉਹਦੇ ਨਾਲ। ਉਹ 'ਚ ਹੁੰਦਾ ਕਿ ਸਾਡੇ ਪੰਜਾਬੀ 'ਚ ਕਿਹਾ ਜਾਂਦਾ ਹੈ ਕਿ ਜੇ ਕੋਈ ਕਿਸੇ ਤੋਂ ਕੋਈ ਚੀਜ਼ ਮੰਗਣ ਜਾਵੇ ਨਾ ਤਾਂ ਅਗਲਾ ਤੁਹਾਨੂੰ ਉਹ ਚੀਜ਼ ਦੇ ਮੰਗਣ 'ਤੇ ਵੀ ਆਹ ਮੈਨੂੰ ਆਹ ਚੀਜ਼ ਚਾਹੀਦੀ ਹੈ। ਉਹਨੂੰ ਤੁਸੀਂ ਆਪਣਾ ਦੁਸ਼ਮਣ ਹੀ ਜਾਣੋ, ਉਹ ਤੁਹਾਡੀ ਆਦਤ ਵਿਗਾੜ ਰਿਹਾ। ਜੇ ਕਿਤੇ ਉਹ ਤੁਹਾਨੂੰ ਉਹ ਚੀਜ਼ ਦੇਣ ਦੀ ਬਜਾਏ ਤੁਹਾਨੂੰ ਇਹ ਅਕਲ ਦੇਵੇ ਕਿ ਭਾਈ ਤੂੰ ਇਹ ਚੀਜ਼ ਆਪਣੀ ਬਣਾ, ਖਰੀਦ ਕੇ ਲੈ ਕੇ ਆ, ਸਮਝੋ ਤੁਹਾਡਾ ਮਿੱਤਰ ਆ, ਸਿੱਖਿਆ ਅਕਲ ਦੇਣ ਵਾਲਾ। ਗੁਰੂ ਕੋਲੋਂ ਆ ਕੇ ਅਕਲ ਮੰਗੋ, ਸਿੱਖਿਆ ਮੰਗੋ, ਬਾਕੀ ਚੀਜ਼ਾਂ ਵਾਪਰ ਜਾਣਗੀਆਂ, ਹੋ ਜਾਣਗੀਆਂ। ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਨਾਨਕ ਸਿੱਖ ਦੇ ਮਨ ਪ੍ਰੀਤਮ। ਹੇ ਮੇਰੇ ਮਾਲਕ, ਮੇਰੇ 'ਤੇ ਬਖਸ਼ਿਸ਼ ਕਰ, ਇਸ ਮੇਰੇ ਮਨ ਨੂੰ ਨਾ ਸਿੱਖਿਆ ਦੇ। ਮਨ ਸਿੱਖਿਅਤ ਹੋ ਗਿਆ, ਮਨ ਨੂੰ ਸਮਝ ਆ ਗਈ, ਬਾਕੀ ਸਭ ਕੁਝ ਤੇ ਮਨ ਨੇ ਕਰ ਲੈਣਾ ਆ। ਮਨ ਸੁਦ੍ਰਿੜ ਹੋ ਗਿਆ, ਹਰ ਬਾਜੀ ਜਿੱਤ ਸਕਦਾ ਉਹ। ਇਸ ਕਰਕੇ ਕਿਹਾ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ। ਇਹ ਸਿੱਖਿਆ ਆ ਜੇ ਬਿਨਾਂ ਹਰੀ ਤੋਂ ਸਭ ਝੂਠ ਹੈ। ਮੈਂ ਇਸ ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ ਬਾਣੀ ਦੇ ਵਿੱਚ ਕਿ ਇਹ ਬਿਖ ਸੰਸਾਰ ਤੁਮ ਦੇਖਦੇ, ਇਹ ਜਿਹੜਾ ਬਿਖ ਜ਼ਹਿਰ ਸੰਸਾਰ ਤੂੰ ਸਿਰਜ ਰਿਹਾ ਇਹ ਝੂਠਾ, ਇਹਦੇ ਮਗਰ ਨਹੀਂ ਭੱਜਣਾ। ਹਾਂ, ਹਰੀ ਨੂੰ ਵੇਖ, ਇਹਦੇ ਵਿੱਚ ਰੱਬ ਜੀ ਨੂੰ ਵੇਖ, ਅਸੂਲਾਂ ਦੇ ਨਾਲ ਜ਼ਿੰਦਗੀ ਜੀ, ਫਿਰ ਤੇਰਾ ਕਲਿਆਣ ਹੋਏਗਾ, ਤੇਰਾ ਭਲਾ ਹੋਏਗਾ। ਇਸੇ ਕਿਸਮ ਦੇ ਬਚਨ ਅਗਲੇ ਦੋ ਪਦਿਆਂ ਦੇ ਵਿੱਚ ਵੀ ਮੌਜੂਦ ਨੇ, ਜਿਹਦੀ ਵਿਚਾਰ ਆਉਂਦੇ ਸਮੇਂ ਵਿੱਚ ਅਸੀਂ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ, ਭੁੱਲਾਂ ਗਲਤੀਆਂ ਨਾ ਚਿਤਾਰਨੀਆਂ ਜੀ। ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।